ਥੋੜੀ ਸੰਪਰਦਾ ਅਮਰਤ ਪਾਨ ਕਰਦੇ ਆ ਅਮਰਤ ਛਕਦੇ ਆ ਜੀ ਕਰਦੇ ਨੇ ਜੀ ਜੋ ਮਰਿਆਦਾ ਹੈ ਉਹ ਫਿਰ ਮਰਿਆਦਾ ਕਿਹੜੀ ਇੱਕ ਮਰਿਆਦਾ ਹਜੂਰ ਸਾਹਿਬ ਤੋਂ ਜਿਵੇਂ ਨਦੇੜ ਸਾਹਿਬ ਤੋਂ ਭੈਣੀ ਸਾਹਿਬ ਵਾਲਿਆਂ ਨੇ ਵੀ ਲੈਂਦੀ ਸੀ ਨਾਮ ਧਾਰੀ ਤਾਂ ਦੇਹ ਧਾਰੀ ਨੂੰ ਵੀ ਗੁਰੂ ਮੰਨੀ ਜਾਂਦੇ ਆ ਨਹੀਂ ਜੀ ਤੁਸੀਂ ਦੇਹ ਧਾਰੀ ਨੂੰ ਗੁਰੂ ਮੰਨਦੇ ਹੋ ਜਿਵੇਂ ਹਵਨ ਕਰਦੇ ਆ ਉਹ ਤੁਹਾਡੇ ਵੀ ਹਵਨ ਦੀ ਪ੍ਰਥਾ ਹੈ ਧਿਆਨ ਸਿੰਘ ਵੀ ਅੱਜ ਦੀ ਡੇਟ 'ਚ ਵੀ ਕਰਦੇ ਨੇ ਹਵਨ ਉਹ ਸਾਰਾ ਕੁਝ ਕਰਕੇ ਤੇ ਉਹ ਮਰਯਾਦਾ ਚੱਲ ਰਹੀ ਔਰ ਤੁਹਾਡੇ ਬਹੁਤ ਸਾਰੇ ਸਥਾਨ ਨੇ ਪਿਪਲੀ ਵਾਲਾ ਸਥਾਨ ਹੈ ਹੋਰ ਸਥਾਨ ਨੇ ਚਾਰ ਪੰਜ ਤਾਂ ਮੇਰੇ ਧਿਆਨ ਚ ਨੇ ਉੱਥੇ ਜਿਹੜੇ ਜਿਹੜੇ ਬੈਠੇ ਨੇ ਸੰਗਤ ਉਹਨਾਂ ਨੂੰ ਵੀ ਤਾਂ ਮੰਨੀ ਜਾਂਦੀ ਹੈ ਗੁਰੂ ਤੁਹਾਡਾ ਜਿਹੜਾ ਆਨੰਦ ਕਾਰਜ ਹੁੰਦਾ ਉਹ ਅਗਨੀ ਦੇ ਆਰਾਊਂਡ ਹੁੰਦਾ ਹੈ ਜਾਂ ਗੁਰੂ ਮਹਾਰਾਜ ਦਾ ਜਿਹੜਾ ਆਨੰਦ ਕਾਰਜ ਜੋ ਮਰਯਾਦਾ ਹੈ ਆਪਣੀ ਉਸ ਤਰੀਕੇ ਨਾਲ ਹੁੰਦਾ ਦੋਨਾਂ ਤਰੀਕਿਆਂ ਨਾਲ ਹੁੰਦਾ ਬਹੁਤ ਥਾਵਾਂ ਤੋਂ ਇਹ ਸੁਣਨ ਨੂੰ ਮਿਲਦਾ ਨੀਂਦ ਧਾਰੀ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਹੂੰ ਨੀਲਤਾਰੀ ਬੇਦਬੀ ਕਰਦੇ ਨੇ ਤੁਸੀਂ ਜਦੋਂ ਕੀਰਤਨ ਕਰਦੇ ਹੋ ਫਿਰ ਜੇ ਸ਼ਬਦ ਗੁਰੂ ਤੁਸੀਂ ਕਹਿ ਰਹੇ ਹੋ ਕਿ ਸਰਬ ਉੱਚਮ ਹੈ ਪਰ ਸ਼ਬਦ ਗੁਰੂ ਦਾ ਕੀਰਤਨ ਕਿਉਂ ਨਹੀਂ ਕਰਦੇ ਕੱਚੀ ਬਾਣੀ ਕਿਉਂ ਪੜ੍ਹਦੇ ਹੋ ਬਾਣੀ ਕਦੀ ਕੱਚੀ ਨਹੀਂ ਹੁੰਦੀ ਬਹੁਤ ਦੁਨੀਆ ਗੱਲ ਕਰਦੀ ਕੱਚੀ ਬਾਣੀ ਔਰ ਪੱਕੀ ਇੱਕ ਇਹਦਾ ਗੁਰਬਾਣੀ ਦਾ ਫਰਮਾਨ ਹੈ ਸਤਗੁਰ ਬਿਨ ਹੋਰ ਕੱਚੀ ਹੈ ਬਾਣੀ ਜਿਹੜਾ ਫਿਊਜ਼ਨ ਕ੍ਰੀਏਟ ਕੀਤਾ ਜਾ ਰਿਹਾ ਬਾਣੀ ਚਕੇ ਇੱਕ ਸ਼ਬਦ ਇਥੋਂ ਚੱਕਿਆ ਇੱਕ ਸ਼ਬਦ ਕਿਤੋਂ ਹੋਰ ਚੱਕਿਆ ਵਿੱਚ ਵਾਹਿਗੁਰੂ ਦੀ ਧੁਣੀ ਲਾਣੀ ਸ਼ੁਰੂ ਕਰ ਦਿੰਦੇ ਹੋ ਕਿ ਇਹ ਵੀ ਗਲਤ ਹੈ ਸਿੱਖ ਧਰਮ ਦੇ ਵਿੱਚ ਬਹੁਤ ਸਾਰੀਆਂ ਸੰਪਰਦਾਵਾਂ ਨੇ ਸੰਪਰਦਾਵਾਂ ਨੂੰ ਮਾਡਰਨ ਸਿੱਖੀ ਦੇ ਵਿੱਚ ਨਕਾਰਿਆ ਗਿਆ ਬਹੁਤ ਸਾਰੇ ਸਵਾਲ ਕੀਤੇ ਗਏ ਪਰ ਇੱਕ ਦੌਰ ਰਿਹਾ ਜਦੋਂ ਸੰਪਰਦਾਵਾਂ ਨੇ ਸਿੱਖ ਧਰਮ ਨੂੰ ਅੱਗੇ ਵਧਾਇਆ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸੰਬੰਧ ਦਾ ਵੇਲਾ ਸੀ ਤਾਂ ਸੰਪਰਦਾਵਾਂ ਨੇ ਕਿਹਾ ਕਿ ਅਸੀਂ ਬਹੁਤ ਵੱਡਾ ਰੋਲ ਨਿਭਾਇਆ ਧਰਮ ਪ੍ਰਚਾਰ ਦੇ ਵਿੱਚ ਬਹੁਤ ਵੱਡਾ ਰੋਲ ਨਿਭਾਇਆ ਸਮੇਂ ਦੇ ਨਾਲ-ਨਾਲ ਸੰਪਰਦਾਵਾਂ ਦੀਆਂ ਜਿਹੜੀਆਂ ਕ੍ਰਿਤੀਆਂ ਜਾਂ ਸੰਪਰਦਾਵਾਂ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਆਈਆਂ ਜਿਹੜੀਆਂ ਮੂਲ ਸਿੱਖ ਸਿਧਾਂਤ ਦੇ ਨਾਲ ਮੇਲ ਨਹੀਂ ਖਾਂਦੀਆਂ ਸੀ ਜਿਨ੍ਹਾਂ ਤੇ ਸਵਾਲ ਉੱਠਣੇ ਸ਼ੁਰੂ ਹੋਏ ਤਾਂ ਅੱਜ ਇਹ ਦੌਰ ਆ ਗਿਆ ਕਿ ਸੰਪਰਦਾਵਾਂ ਨੂੰ ਬਹੁਤ ਮਾੜੀ ਨਿਗਾ ਨਾਲ ਦੇਖਿਆ ਜਾਣ ਲੱਗਿਆ ਇਸੇ ਤਰ੍ਹਾਂ ਸਿੱਖ ਧਰਮ ਦਾ ਇੱਕ ਹਿੱਸਾ ਹੈ ਨਾਮਧਾਰੀ ਨਾਮਧਾਰੀਆਂ ਦੇ ਨਾਲ ਨੇ ਨੀਲਧਾਰੀ ਤਾਂ ਇਹ ਸੰਪਰਦਾਵਾ ਕਿਵੇਂ ਬਣੀਆ ਤੇ ਨੀਲਧਾਰੀ ਕਿੱਥੋਂ ਆਏ ਨਾਮਧਾਰੀਆਂ ਬਾਰੇ ਤਾਂ ਵੱਡਾ ਇਤਿਹਾਸ ਅਸੀਂ ਜਾਣਦੇ ਆਂ ਕੂਕਾ ਮੂਵਮੈਂਟ ਅਸੀਂ ਜਾਣਦੇ ਆਂ ਕੂਕਾ ਲਹਿਰ ਬਾਰੇ ਬਹੁਤ ਸਾਰੀ ਦੁਨੀਆ ਨੂੰ ਪਤਾ ਹੈ ਸਤਗੁਰ ਰਾਮ ਸਿੰਘ ਬਾਰੇ ਅਸੀਂ ਜਾਣਦੇ ਆਂ ਔਰ ਹੁਣ ਵੀ ਜਿਹੜਾ ਮੌਜੂਦਾ ਭੈਣੀ ਸਾਹਿਬ ਦੇ ਵਿੱਚ ਜਿਸ ਤਰੀਕੇ ਨਾਲ ਪ੍ਰਚਾਰ ਚੱਲ ਰਿਹਾ ਹੈ ਨਾਮਧਾਰੀਆਂ ਦਾ ਉਸ ਬਾਰੇ ਅਸੀਂ ਵੱਖ-ਵੱਖ ਵਿਚਾਰ ਰੱਖਦੇ ਆ ਕੋਈ ਉਹਨਾਂ ਦੇ ਨਾਲ ਸਹਿਮਤ ਹੈ ਕੋਈ ਅਸਹਿਮਤ ਵੀ ਹੈ ਪਰ ਨੀਲਤਾਰੀ ਸੰਪਰਦਾ ਕਿੱਥੋਂ ਆਈ ਕਿਵੇਂ ਆਈ ਇਸ ਬਾਰੇ ਅੱਜ ਗੱਲਬਾਤ ਕਰਾਂਗੇ ਭਾਈ ਸਰਬਜੀਤ ਸਿੰਘ ਜੀ ਦਿੱਲੀ ਵਾਲੇ ਸਾਡੇ ਨਾਲ ਨੇ ਭਾਈ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਨੀਲਤਾਰੀ ਸੰਪਰਦਾ ਦੇ ਨਾਲ ਜੁੜੇ ਹੋ ਹਾਂਜੀ ਇਹ ਕਿਵੇਂ ਹੋਂਦ ਚ ਆਉਂਦੀ ਹੈ ਇਹ ਤਾਂ ਜੀ ਇਸ ਤਰ੍ਹਾਂ ਨਾਮਤਾਰੀ ਜਿਨ੍ਹਾਂ ਦੀ ਤੁਸੀਂ ਹੁਣੇ ਗੱਲ ਕੀਤੀ ਉਹਨਾਂ ਦਾ ਇਤਿਹਾਸ ਸਾਰੇ ਜਾਣਦੇ ਨੇ ਵੀ ਉਹਨਾਂ ਨੇ ਕਿਵੇਂ ਸ਼ਾਦਤਾਂ ਦਿੱਤੀਆਂ ਕਿਵੇਂ ਆਪਣੇ ਸਿੱਖ ਪੰਥ ਨੂੰ ਜਿਹੜੀ ਵੀ ਦੇਣ ਉਹ ਦੇ ਸਕਦੇ ਅਸੀਂ ਦਿੱਤੀ ਉਸ ਤੋਂ ਬਾਅਦ ਇਹਨਾਂ ਵਿੱਚ ਅਨੇਕਾਂ ਮਹਾਪੁਰਸ਼ ਹੋਏ ਸਾਧੂ ਹੋਏ ਤੇ ਜੋ ਮਹਾਰਾਜ ਕਿਲੇ ਵਾਲੇ ਜਿਨ੍ਹਾਂ ਦੀ ਨੀਲਤਾਰੀ ਸੰਪਰਦਾ ਜਿੱਥੋਂ ਸ਼ੁਰੂ ਹੁੰਦੀ 1968 ਦੇ ਵਿੱਚ ਉਸ ਤੋਂ ਪਹਿਲਾਂ ਚਿੱਟੇ ਬਾਣਾ ਸੀ ਸਾਰਿਆਂ ਦਾ ਔਰ ਇਹ ਚਿੱਟੇ ਬਾਣੇ ਦੇ ਨਾਲ ਹੀ ਵਿਚਰਦੇ ਸੀ ਔਰ ਥਾਂ ਪਰਥਾਂ ਜਾ ਕੇ ਅ ਪ੍ਰਚਾਰ ਕਰਿਆ ਕਰਦੇ ਸੀ ਔਰ ਬਹੁਤ ਸੰਗਤ ਪਾਕਿਸਤਾਨ ਦੇ ਵਿੱਚ ਜੋ ਕਿਲਾ ਕਾਲਰ ਵਾਲਾ ਵਜਦਾ ਜੀ ਅੱਜ ਵੀ ਉੱਥੇ ਮੌਜੂਦ ਮਹਾਰਾਜ ਜੀ ਦਾ ਘਰ ਹੈ ਉਸ ਕਿਲੇ ਵਿੱਚ ਰਹਿੰਦੇ ਸੀ ਜਿੱਥੋਂ ਇਹਨਾਂ ਦਾ ਨਾਮ ਕਿਲੇ ਵਾਲੇ ਪਿਆ ਹੂੰ ਵੈਸੇ ਨਾਮ ਸੀ ਸੰਤ ਹਰਨਾਮ ਸਿੰਘ ਜੀ ਕਿਲੇ ਵਾਲੇ ਜਿਨ੍ਹਾਂ ਨੂੰ ਬਾਅਦ ਵਿੱਚ ਸੰਗਤਾ ਮਹਾਰਾਜ ਕਿਲੇ ਵਾਲੇ ਕਹਿਣਾ ਸ਼ੁਰੂ ਕੀਤਾ ਨਾਮਤਰੀ ਸੀਗੇ ਨਾਮਤਰੀ ਸੀ 1968 ਦੇ ਵਿੱਚ ਨੀਲਾ ਬਾਣਾ ਜੀਦੀ ਰਜਿਸਟਰੀ ਤੁਸੀਂ ਪੁਰਾਣੇ ਇਤਿਹਾਸ 'ਚ ਜਾਓ ਤੇ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੋਈ ਹੈ। ਹੂੰ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀਆਂ ਵੀ ਕਈ ਸਾਖੀਆਂ ਨੇ ਮੈਂ ਪ੍ਰਮਾਣ ਵੀ ਦੇ ਸਕਦਾ ਕਿ ਜਿਵੇਂ ਗੁਰੂ ਨਾਨਕ ਸਾਹਿਬ ਜੀ ਜਦੋਂ ਮੱਕੇ ਮਦੀਨੇ 'ਚ ਗਏ ਨੇ ਜੀ ਉਦੋਂ ਕਈ ਕਾਜ਼ੀਆਂ ਦੇ ਨਾਲ ਮਹਾਰਾਜ ਜੀ ਦੀ ਗੋਸ਼ਟ ਹੋਈ। ਉੱਥੇ ਕਾਜੀ ਰੁਕਮਦੀਨ ਸੀ ਜਿਹਦੇ ਨਾਲ ਬਹੁਤ ਸਵਾਲ ਜਵਾਬ ਹੋਏ ਕਈਆਂ ਨੇ 300 ਕੁਛ 65 ਇਦਾਂ ਕਰਕੇ ਵੀ ਲਿਖੇ ਵੀ ਇੰਨੇ ਸਵਾਲ ਜਵਾਬ ਹੋਏ 3000 ਵੀ ਲਿਖੇ ਉਹਨਾਂ 'ਚ ਇੱਕ ਸਵਾਲ ਸੀ ਜਦੋਂ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਮੁਰਸ਼ਿਦ ਮੰਨਣਾ ਸ਼ੁਰੂ ਕਰ ਦਿੱਤਾ ਸੀ ਉਹਨੇ ਠੀਕ ਹੈ ਉਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਕਿਹਾ ਵੀ ਇਹ ਜੋ ਜਨਮ ਸਾਖੀ ਦੇ ਬੋਲ ਨੇ ਵੀ ਤੇ ਮਰਦਾਨਿਆਂ ਅਸੀਂ ਹੁਣ ਇੱਥੇ ਰਹਿ ਨਹੀਂ ਸਕਦੇ ਇਹਨਾਂ ਨੂੰ ਹੁਣ ਸਾਡੀ ਸੋਝੀ ਆ ਗਈ ਜੇ ਅਸੀਂ ਇੱਥੇ ਰਹੀ ਇਹਨਾਂ ਨੇ ਮੂਰੀਦ ਹੋ ਜਾਣਾ ਅਸੀਂ ਇੱਥੋਂ ਚੱਲੀਏ ਜਦੋਂ ਉੱਥੋਂ ਚੱਲੇ ਨੇ ਤੇ ਕਾਜੀ ਰੁਕਮਦੀਨ ਅੱਗੇ ਹੋ ਕੇ ਉਹਨੇ ਸਵਾਲ ਕੀਤੇ ਨੇ ਹੁਣ ਇੱਕ ਸਵਾਲ ਤੁਸੀਂ ਹੋ ਸਕਦਾ ਬਹੁਤ ਸਿੱਖਾਂ ਨੂੰ ਨਾਂ ਪਤਾ ਹੋਵੇ ਜਿਹੜਾ ਅਸੀਂ ਕਹਿੰਦੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਜੀ ਮੈਨੂੰ ਲੱਗਦਾ ਵੀ ਬਹੁਤ ਵਿਦਵਾਨਾਂ ਨੂੰ ਤੇ ਪਤਾ ਹੋਵੇਗਾ ਲੇਕਿਨ ਬਹੁਤ ਜਿਹੜੇ ਆਮ ਸਿੱਖ ਹੋ ਤੇ ਕਹਿਣਗੇ ਵੀ ਇਹ ਪੰਕਤੀਆਂ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਦੀਆਂ ਨੇ ਹਮ ਪਰ ਨਹੀਂ ਇਹ ਪੰਕਤੀਆਂ ਉਸ ਵੇਲੇ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਰਨੀ ਨਾਮਾ ਇੱਕ ਉਚਾਰਿਆ ਕਾਜੀ ਰੁਕਮਦੀਨ ਦੇ ਨਾਲ ਕਾਜੀ ਰੁਕਮਦੀਨ ਕਹਿੰਦਾ ਜੀ ਮਾਰੇ ਤੁਸੀਂ ਹੁਣ ਤੇ ਸਾਨੂੰ ਹੋਸ਼ ਆਈ ਹੁਣ ਤੁਸੀਂ ਕਿੱਥੇ ਚੱਲੇ ਹੋ ਮਾਰੇ ਕਹਿੰਦੇ ਨਹੀਂ ਹੁਣ ਸਾਨੂੰ ਹੁਕਮ ਨਹੀਂ ਅਸੀਂ ਚੱਲੇ ਆ ਫਿਰ ਆ ਜਾਾਂਗੇ ਕਿਤੇ ਮਾਰੇ ਹੁਣ ਤੇ ਪਤਾ ਲੱਗਾ ਵੀ ਆਓਗੇ ਕਦੋਂ ਕਹਿੰਦੇ ਜੀ ਸਮਾਂ ਆਏਗਾ ਕਰਨੀਨਾਮੇ ਜੇ ਫਿਰ ਮਾਰੇ ਨੇ ਉਚਾਰਿਆ ਜੀ ਕਹਿੰਦੇ ਨੇ ਜਿਹੜਾ ਕਰਨੀਨਾਮੇ ਦਾ ਸ਼ੁਰੂਆਤ ਹੁੰਦੀ ਹੈ ਕਿ ਕਰਨੀਨਾਮੇ ਦੇ ਵਿੱਚ ਮਾਰੇ ਕਹਿੰਦੇ ਤਾਨਗੁਰੂ ਤਾਨਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੇਰਾ ਇੱਕ ਰੂਪ ਹੋਏਗਾ 10 ਜਾਮੇ ਮੈਂ ਪਹਿਰਾਂਗਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਦੇ ਵਿੱਚ ਮੈਂ ਵਿਚਰਾਂਗਾ ਬਹੁਤ ਜੰਗ ਹੋਣਗੇ ਖਾਲਸਾ ਮਲੇਸ਼ ਹੋ ਜਾਏਗਾ ਇਹ ਸਾਰਾ ਕਰਨੀ ਨਾਮੇ ਚ ਲਿਖਿਆ ਬਹੁਤ ਲੰਮਾ ਹੈ ਜੇ ਮੈਂ ਪੜਨ ਲੱਗਾ ਫਿਰ ਟਾਈਮ ਲੱਗੇਗਾ ਤੇ ਮੈਂ ਪੜ੍ਹ ਕੇ ਵੀ ਸੁਣਾ ਸਕਣਾ ਤੁਹਾਨੂੰ ਹੂੰ ਉਹਦੇ ਵਿੱਚ ਮਾਰੇ ਆਖੇ ਕਾਜੀ ਰੁਕਮਦੀਨ ਸੱਚਾ ਸੁਣੋ ਜਵਾਬ ਪੜੇ ਸੁਣੇ ਜੋ ਪ੍ਰੀਤ ਕਰ ਛੁੱਟਣ ਸਭ ਅਜਾਬ ਦਸਵਾਂ ਜਾਮਾ ਪਹਿਰ ਕੇ ਬੇਠੂਪੁਰ ਕਰਤਾਰ ਔਰੰਗਜੀਬ ਬਾਦਸ਼ਾਹ ਸਿਓ ਜੰਗ ਕਰੂੰ ਬਹੁ ਬਾਾਰ ਹੁਣੇ ਵੇਖੋ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਬਾਦਸ਼ਾਹ ਸੀ ਬਾਬਰ ਉਸ ਤੋਂ ਬਾਅਦ ਹਜੇ ਕਿੰਨੇ ਆਉਣੇ ਨੇ ਫਿਰ ਔਰੰਗਜੀਬ ਨੇ ਆਉਣਾ ਪਰ ਗੁਰੂ ਨਾਨਕ ਸਾਹਿਬ ਜੀ ਉੱਥੇ ਕਹਿ ਰਹੇ ਨੇ ਵੀ ਔਰੰਗਜੀਬ ਬਾਦਸ਼ਾਹ ਹੋਏਗਾ ਮੇਰਾ ਜਾਮਾ ਦਸੋਣੇ ਪਾਸ਼ਾ ਦਾ ਹੋਏਗਾ ਤੇ ਦਸਵਾਂ ਜਾਮਾ ਪਹਿਰ ਕੇ ਬੈਠੂ ਪੁਰ ਕਰਤਾਰ ਔਰੰਗਜੀਬ ਬਾਦਸ਼ਾਹ ਸਿਓ ਜੰਗ ਕਰੂੰ ਬਹੁ ਬਾਾਰ ਟੁਕਬਲ ਆਪਣਾ ਦੇ ਕੇ ਭੇਜ ਦਿਉਗਾ ਸਿੰਘ ਦੇਖ ਉਹਨਾਂ ਨੂੰ ਬੋਲ ਸੀ ਬਾਦਸ਼ਾਹ ਔਰੰਗ ਖਾਲਸਾ ਪੈਰਦਾ ਹੋ ਗਿਆ ਭਲਾ ਨਾ ਕੀਓ ਗੋਬਿੰਦ ਇਦਾਂ ਕਰਕੇ ਇਹ ਪੂਰਾ ਉਹਦੇ ਵਿੱਚ ਇੱਕ ਤੋਖ ਹੁੰਦੀ ਹੈ ਕਿ ਫੌਜ ਫਿਰੇ ਅਕਾਲ ਕੀ ਮਕੜੀ ਨਹੀਂ ਆਈ ਹੋਏ ਨੀਲਾ ਬਾਣਾ ਪਹਿਰ ਕੇ ਅਵਰ ਨਦੀ ਸਹਿ ਕੋਏ ਸਮਾ ਆਏਗਾ ਜਿੱਦਾਂ ਮਕੜੀ ਦਾ ਲੋਂਦਾ ਇਦਾਂ ਗੁਰੂ ਕੀ ਫੌਜ ਆਏਗੀ ਹਮ ਔਰ ਉਹਨਾਂ ਦੇ ਬਾਣੇ ਨੀਲੇ ਹੋਣਗੇ ਨੀਲਾ ਬਾਣਾ ਪਹਿਰ ਕੇ ਔਰ ਨਦੀ ਸੇ ਕੋਈ ਉਸ ਹੀ ਕਰਨੀ ਨਾਮੇ ਦੇ ਲਾਸਟ ਦੁਖਾਨੇ ਕਿ ਰਾਜ ਕਰੇਗਾ ਖਾਲਸਾ ਜਿਹਦੇ ਵਿੱਚ ਇਹ ਵੀ ਲਿਖਿਆ ਹੋਇਆ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਹਮ ਸ਼ਤਰਜੁ ਲਹਗੇ ਸੀਸ ਪਰ ਬੜੀ ਕਰੇਗੇ ਕਿਉਂਕਿ ਨਿਆਂਗ ਸਿੰਘ ਇਹ ਤਕਰੀਬਨ ਹੀ ਪੜਦੇ ਆ ਇਹ ਫਿਰ ਮਰਜ਼ਾ ਜਿਹੜੀ ਨੀਲੇ ਬਾਣੇ ਦੀ ਮਰਜ਼ਾਦਾ ਕਿਲੇ ਵਾਲੇ ਮਾਰ ਰਹੇ ਨੇ 1966 ਦੇ ਵਿੱਚ ਆਪਣੇ ਸਿੱਖਾਂ ਨੂੰ ਦਿੱਤੀ ਜੀ ਔਰ ਕਮਰ ਕਸੇ ਕਰਵਾਏ ਬਾਣੇ ਲੋਆਏ ਕਮਰਕੱਸੇ ਕਰਵਾਏ ਕੀ ਨੀਲੇ ਰੰਗ ਦਾ ਕਮਰਕੱਸਾ ਸਾਰੇ ਜਿਹੜੇ ਜਿੰਨੇ ਨੀਲਤਾਰੀ ਸੰਪਰਦਾ ਨੂੰ ਮੰਨਣ ਵਾਲੇ ਆ ਉਹ ਰੱਖਦੇ ਆ ਨੀਲਤਾਰੀ ਸੰਪਰਦਾ ਨੂੰ ਜਿੰਨੇ ਵੀ ਮੰਨਦੇ ਆ ਜੀ ਨੀਲੇ ਬਾਣੇ ਨੂੰ ਜਿਨ੍ਹਾਂ ਨੇ ਪਹਿਨਿਆ ਹੋਇਆ ਤਕਰੀਬਨ ਹੀ ਉਹਨਾਂ ਦੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਉਹਨਾਂ ਦੇ ਲੱਕ ਤੇ ਕਮਰਕੱਸਾ ਜ਼ਰੂਰ ਹੋਏਗਾ ਉਹਦਾ ਕਾਰਨ ਉਹਦਾ ਕਾਰਨ ਕਿ ਮਹਾਰਾਜ ਕਿਲੇ ਵਾਲਿਆਂ ਨੇ ਕਿਹਾ ਇਹ ਨਿਸ਼ਾਨੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਜੋ ਕਿ ਜੋ ਨਿਆਰਾ ਖਾਲਸਾ ਕਿਆ ਹੂੰ ਉਹਦੇ ਵਾਸਤੇ ਮਹਾਰਾਜ ਦਾ ਹੁਕਮ ਸੀ ਵੀ ਇਹ ਕਮਰ ਕੱਸਾ ਜੀਵੇਂ ਅਸੀਂ ਕਕਾਰ ਧਾਰਨ ਕਰਕੇ ਰੱਖਦੇ ਆ ਸੇਮ ਉਸੇ ਹੀ ਪੋਜੀਸ਼ਨ ਤੁਸੀਂ ਕਦੇ ਵੀ ਨਹੀਂ ਨੁਸਾਰਨਾ ਤੁਸੀਂ ਇਹ ਸਮਝਣਾ ਵੀ ਗੁਰੂ ਗੋਬਿੰਦ ਸਿੰਘ ਜੀ ਸਦਾ ਸਾਡੇ ਅੰਗ ਸੰਗ ਨੇ ਔਰ ਇੱਕ ਧਿਆਨ ਰੱਖਿਓ ਕਿ ਜਦੋਂ ਤੁਸੀਂ ਇਹ ਵੱਧਾ ਹੋਏਗਾ ਤੁਸੀਂ ਕੋਈ ਮਾੜਾ ਕਰਮ ਨਹੀਂ ਕਰ ਸਕਦੇ ਥੋੜੀ ਸੰਪਰਦਾ ਅਮਰਤ ਪਾਨ ਕਰਦੇ ਆ ਅਮਰਤ ਛਕਦੇ ਆ ਜੀ ਕਰਦੇ ਨੇ ਜੀ ਜੋ ਮਰਿਆਦਾ ਹੈ ਉਹ ਫਿਰ ਮਰਿਆਦਾ ਕਿਹੜੀ ਇਕਤਾ ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਕਿ ਅਕਾਲ ਤਖਸਾਲ ਜਿਹੜੀ ਮਰਿਆਦਾ ਦੱਸਦੇ ਆ ਉੱਥੇ ਉਸ ਮਰਿਆਦਾ ਨੂੰ ਧਾਰਨ ਕੀਤਾ ਜਾਂਦਾ ਜਾਂ ਜਿਵੇਂ ਇਹ ਹੈ ਕਿ ਨਾਮ ਧਾਰੀ ਤਾਂ ਦੇਹ ਧਾਰੀ ਨੂੰ ਵੀ ਗੁਰੂ ਮੰਨੀ ਜਾਂਦੇ ਆ ਨਹੀਂ ਜੀ ਤੁਸੀਂ ਦੇਹ ਧਾਰੀ ਨੂੰ ਗੁਰੂ ਮੰਨਦੇ ਹੋ ਨਹੀਂ ਜੀ ਇਸ ਤਰ੍ਹਾਂ ਜੀ ਮਹਾਰਾਜ ਜੀ ਨੇ ਕੋਈ ਸਮਾਂ ਬਾਅਦ ਸਾਰੀ ਸੰਗਤ ਨੂੰ ਕਿਉਂਕਿ ਸਰੀਰ ਬਹੁਤ ਵਿਰਧ ਹੋ ਗਿਆ ਸੀ ਤੇ ਸੰਗਤ ਨੇ ਜਿਵੇਂ ਆਮ ਵੀ ਤੁਸੀਂ ਡੇਰਿਆਂ ਚ ਵੇਖੋ ਤੇ ਪਿਛੇ ਇਤਿਹਾਸ ਚ ਵੀ ਜਾਈਏ ਤੇ ਗੁਰੂਆਂ ਨੂੰ ਵੀ ਪੁੱਛ ਲਿਆ ਸੀ ਵੀ ਅੱਗੋਂ ਆਉਣ ਵਾਲੇ ਸਮੇਂ ਚ ਸਾਡਾ ਕੌਣ ਮਾਰ ਉਤਾਰਾ ਕਰੇਗਾ ਕਿਹਦੇ ਨਾਲ ਅਸੀਂ ਜੁੜਾਂਗੇ ਹਮ ਜਦੋਂ ਇਸ ਗੱਲ ਤੇ ਮਹਾਰਾਜ ਜੀ ਨੂੰ ਪਤਾ ਲੱਗਾ ਵੀ ਇਹ ਸਮੇਂ ਦੇ ਨਾਲ ਇਦਾਂ ਦਾ ਸਵਾਲ ਉੱਠਣਗੇ ਤੇ ਸਰੀਰ ਬਿਰਧ ਹੋ ਰਿਹਾ ਸੀ ਉਦੋਂ ਉਹਨਾਂ ਨੇ ਸਾਰੀ ਸੰਗਤ ਨੂੰ ਬੁਲਾ ਕੇ ਨਿਸ਼ਾਰਾ ਸਾਹਿਬ ਇੱਕ ਗੁਰੂ ਘਰ ਹੈ ਵੱਡਾ ਗੁਰਦੁਆਰਾ ਕਹਿੰਦੇ ਨੇ ਜੀ ਉੱਥੇ ਪ੍ਰਕਾਸ਼ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਸਮ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇ ਤੇ ਉੱਥੇ ਜਾ ਕੇ ਸਾਰੀ ਸੰਗਤ ਨੂੰ ਖਿਲਾੜ ਕੇ ਅਰਦਾਸ ਬੇਨਤੀ ਕੀਤੀ ਔਰ ਸਾਰੀ ਸੰਗਤ ਨੂੰ ਬੇਨਤੀ ਇਹ ਲਈ ਕਿ ਨਾ ਅਸੀਂ ਗੱਦੀ ਕਿਤੋਂ ਲਈਏ ਨਾ ਅਸੀਂ ਗੱਦੀ ਕਿਸੇ ਨੂੰ ਦੇਣੀ ਹੈ ਹਮ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਬਾਣੀ ਇਹਨਾਂ ਤੋਂ ਸਭ ਕੁਝ ਲਿਆ ਅੱਜ ਸਾਰੀ ਸੰਗਤ ਜੀ ਇਹਨਾਂ ਨੂੰ ਹੀ ਸਭ ਕੁਝ ਦੇਣ ਲੱਗੇ ਆ ਸਾਡੇ ਸ਼ਰੀਫ ਤੋਂ ਬਾਅਦ ਸ਼ਬਦ ਦੀ ਦੇ ਸ਼ਬਦ ਨੂੰ ਸ਼ਬਦ ਦੇ ਪੁਜਾਰੀ ਬਣਨਾ ਕਿਉਂਕਿ ਮਹਾਰਾਜ ਜੀ ਦੀ 104 ਸਾਲ ਦੀ ਅਰਜ਼ੂ ਹੋਈ ਜਿਹਦੇ ਚ ਉਹਨਾਂ ਨੂੰ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਜੀ ਦੇ ਤਕਰੀਬਨ ਸਾਰੇ ਸ਼ਬਦ ਰਸਨਾ ਨੰ કંਠ ਸੀ ਔਰ ਚਾਰ-ਚਾਰ ਪੁਥੀਆਂ ਲੈ ਕੇ ਨਾਲ ਵਿਦਵਾਨ ਬੈੰਦੇ ਸੀ ਤੇ ਉਹ ਉਹਦਾ ਅਰਥ ਕਰਿਆ ਕਰਦੇ ਸੀ ਤੇ ਉਹਨਾਂ ਨੇ ਗੁਰਬਾਣੀ ਤੋਂ ਬਾਹਰ ਕਦੇ ਨਹੀਂ ਗਏ ਮਰਜ਼ਾਦਾ ਦੀ ਗੱਲ ਆਈ ਮਰਜ਼ਾਦਾ ਹਜ਼ੂਰ ਸਾਹਿਬ ਤੋਂ ਜਿਵੇਂ ਨਦੇੜ ਸਾਹਿਬ ਤੋਂ ਭੈਣੀ ਸਾਹਿਬ ਵਾਲਿਆਂ ਨੇ ਵੀ ਲਿਆਂਦੀ ਸੀ ਕਿਉਂਕਿ ਜੋ ਅਸੀਂ ਇਤਿਹਾਸ ਵੇਖਿਆ ਕਿ ਉੱਥੇ ਵੀ ਮਰਜ਼ਾਦਾ ਜਿਹੜੀ ਹਜੂਰ ਸਾਹਿਬ ਤੋਂ ਲਿਆਂਦੀ ਜਿਵੇਂ ਹਵਨ ਕਰਦੇ ਆ ਉਹ ਥੋੜੇ ਵੀ ਹਵਨ ਦੀ ਪ੍ਰਥਾ ਹੈ ਹਾਂਜੀ ਇਹ ਚ ਜਿਵੇਂ ਅੱਜਕੱਲ੍ਹ ਕਈ ਥਾਵਾਂ ਤੇ ਜਿਵੇਂ ਅੰਗ ਸਿੰਘ ਵੀ ਕਰਦੇ ਆ ਹਮਣ ਉਸ ਟਾਈਪ ਦਾ ਨਹੀਂ ਜਿਵੇਂ ਆਮ ਅਹੋਤੀਆਂ ਪਾਉਂਦੇ ਦੂਜੇ ਪੜਦੇ ਨਹੀਂ ਸਾਡੇ ਵਰਨੀਆਂ ਕਹਿੰਦੇ ਅਸੀਂ ਉਹਨਾਂ ਨੂੰ ਉਹਦੇ ਚ ਕੀ ਹੁੰਦਾ ਜੀ 101 ਜਪਜੀ ਸਾਹਿਬ ਜੀ ਦੇ ਪਾਠ ਜਾਂ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਔਰ 10 ਸ਼ਰੀਰ ਜਿਹੜੇ ਨੇ ਉਹ ਜਪਜੀ ਸਾਹਿਬ ਜੀ ਦੇ ਪਾਠ ਕਰਦੇ ਨੇ ਹੁਣ ਅ ਕਈ ਵਾਰੀ ਹੁਣ ਸਮਾਂ ਇੰਨਾ ਆ ਗਿਆ ਕਿ ਬਹੁਤ ਸ਼ਾਰਟ ਹੋ ਗਿਆ ਸਭ ਕੋ ਉਹਦੇ ਕਰਕੇ ਮਾਰ ਕਹਿੰਦੇ ਸੀ ਵੀ ਤੁਸੀਂ ਇਹ ਮਰਯਾਦਾ ਰੱਖਿਓ ਕਿਉਂਕਿ ਇਹ ਮਰਯਾਦਾ ਪ੍ਰਾਤਨ ਸਭ ਨੇ ਰੱਖੀ ਹੋਈ ਹੈ ਨਿਹੰਗ ਸਿੰਘ ਵੀ ਅੱਜ ਦੀ ਡੇਟ 'ਚ ਵੀ ਕਰਦੇ ਨੇ ਹਮਣ ਉਹ ਸਾਰਾ ਕੁਝ ਕਰਕੇ ਤੇ ਉਹ ਮਰਜ਼ਾਦਾ ਚੱਲ ਰਹੀ ਤਕਰੀਬਨ ਸਾਡੀ ਮਰਜ਼ਾਦਾ ਜਿਹੜੀ ਹੈ ਉਹ ਨਿਹੰਗ ਸਿੰਘਾਂ ਨਾਲ ਮਿਲਦੀ ਹੈ ਕਿਉਂਕਿ ਉਹ ਵੀ ਕਮਰਗੱッセ ਕਰਦੇ ਨੇ ਔਰ ਉਹ ਵੀ ਸ਼ਕਤੀ ਦੀਆਂ ਬਾਣੀਆਂ ਪੜ੍ਹਦੇ ਨੇ ਔਰ ਤਕਰੀਬਨ ਹੀ ਇਹ ਮਰਜ਼ਾਦਾ ਮਹਾਰਾਜ ਜੀ ਦੀ ਜਿਹੜੀ ਹੈ ਉਹਨਾਂ ਨਾਲ ਮੇਲ ਖਾਂਦੀ ਹੈ ਔਰ ਕੁਝ ਐਡੀਸ਼ਨਲ ਚੀਜ਼ਾਂ ਨੇ ਜਿਹਦੇ ਵਿੱਚ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਵਿਜੇ ਮੁਗਤ ਗ੍ਰੰਥ ਦੇ ਵਿੱਚ ਮਰਜ਼ਾਦਾ ਕੁਝ ਦਿੱਤੀਆਂ ਹੋਈਆਂ ਨੇ ਪੁਰਾਤਨ ਸਿੱਖ 1800 ਰਹਿਤਾਂ ਰੱਖਦਾ ਸੀ ਜੀ ਹੂੰ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਪੁਰਾਤਨ ਸਿੰਘ ਇੰਨੇ ਅੱਜ ਕਹਿੰਦੇ ਤੇ ਅਸੀਂ ਸਾਰੇ ਆਂ ਕਿ ਉਹ ਏਡੇ ਜਜ਼ਬਿਆਂ ਵਾਲੇ ਸੀ ਏਡੇ ਤਗੜੇ ਸੀ ਸੀਸ ਟਲੀ ਤੇ ਰੱਖ ਕੇ ਵੀ ਲੜਦੇ ਸੀ ਅੱਜ ਕੀ ਹੋ ਗਿਆ ਅੱਜ ਤੇ ਸਿੱਖ ਖੜਾ ਪ੍ਰਸ਼ਾਦ ਤੋਂ ਵੀ ਲੜ ਪੈਂਦਾ ਲੇਕਿਨ ਕੀ ਸੀ ਉਹਨਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਵਿਜੇ ਮੁਕਤ ਗ੍ਰੰਥ ਲਾਇਬ੍ਰੇਰੀ ਚ ਵੀ ਉਹ ਬੁੱਕਾਂ ਪਈਆਂ ਨੇ ਜੋ ਤੁਹਾਡੇ ਪਟਿਆਲੇ ਯੂਨੀਵਰਸਿਟੀ ਚ ਵੀ ਉਹ ਵਿਜੇ ਮੁਕਤ ਗ੍ਰੰਥ ਕਹਿੰਦੇ ਨੇ ਉਹ ਉਹ ਪੇ ਉਹਦੇ ਵਿੱਚ ਰਹਿਤਾਂ ਨੇ ਜਿਹਦੇ ਵਿੱਚ 1800 ਰਹਿਤਾਂ ਦਿੱਤੀਆਂ ਸੀ ਖਾਲਸੇ ਨੂੰ ਹੂੰ ਉਹ ਜਿਹੜੀਆਂ ਰਹਿਤਾਂ ਨੇ ਉਹ ਰਹਿਤਾਂ ਉਦੋਂ ਸਿੱਖ ਰੱਖਿਆ ਕਰਦਾ ਸੀ ਜਿਹਦੇ ਕਰਕੇ ਉਹਨੂੰ ਮਰਨ ਦਾ ਡਰ ਨਹੀਂ ਸੀ ਅੱਜ ਅਸੀਂ 18 ਵੀ ਨਹੀਂ ਰੱਖਦੇ ਮੈਂ ਪਹਿਲਾਂ ਡਿਫਰੈਂਸ ਜਾਨਣਾ ਚਾਹਨਾ ਨਾਮ ਧਾਰੀਆਂ ਚ ਤੇ ਤੁਹਾਡੇ ਚ ਡਿਫਰੈਂਸ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਉਹ ਹੁਣ ਠਾਕਰ ਉਦੈ ਸਿੰਘ ਹੋਣੇ ਨੇ ਉਹ ਦੇਹਤਾਰੀ ਨੂੰ ਆਪਦਾ ਗੁਰੂ ਮੰਨਦੇ ਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦੇ ਪਰ ਉਹ ਦੇਹਤਾਰੀ ਨੂੰ ਵੀ ਗੁਰੂ ਮੰਨੀ ਜਾਂਦੇ ਆ ਹਾਂਜੀ ਤੁਸੀਂ ਕਹਿ ਰਹੇ ਹੋ ਕਿ ਨੀਲ ਧਾਰੀ ਜਿਹੜੀ ਸੰਪਰਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੀ ਹੈ ਜੀ ਬਿਲਕੁਲ ਪਰ ਤੁਹਾਡੇ ਬਹੁਤ ਸਾਰੇ ਸਥਾਨ ਨੇ ਪਿਪਲੀ ਵਾਲਾ ਸਥਾਨ ਹੈ ਹੋਰ ਸਥਾਨ ਨੇ 4-5 ਤਾਂ ਮੇਰੇ ਧਿਆਨ ਚ ਨੇ ਉੱਥੇ ਜਿਹੜੇ ਜਿਹੜੇ ਬੈਠੇ ਨੇ ਮੈਂ ਸਤਿਕਾਰ ਨਾਲ ਉਹਨਾਂ ਦਾ ਨਾਮ ਲੈਣਾ ਕਿ ਉਹ ਫਿਰ ਸੰਗਤ ਉਹਨਾਂ ਨੂੰ ਵੀ ਤਾਂ ਮੰਨੀ ਜਾਂਦੀ ਗੁਰੂ ਹਾਂਜੀ ਇਸ ਤਰ੍ਹਾਂ ਜੀ ਹਰ ਸੰਪਰਦਾ ਵਿੱਚ ਮਹਾਂਪੁਰਸ਼ ਸਾਧੂ ਜਨ ਹੁੰਦੇ ਆ ਇਹ ਜਿੱਦਾਂ ਸਾਡੀ ਸੰਪਰਦਾ ਵਿੱਚ ਜਿਨ੍ਹਾਂ ਨੇ ਮਹਾਰਾਜ ਜੀ ਦੀ ਸੇਵਾ ਕੀਤੀ ਜਿਨ੍ਹਾਂ ਨੇ ਸਿੱਖਿਆ ਲਈ ਉਹ ਨਿਕਲੇ ਲੇਕਿਨ ਮਹਾਰਾਜ ਜੀ ਨੇ ਕਿਸੇ ਨੂੰ ਵੀ ਕੋਈ ਗੱਦੀ ਨਹੀਂ ਦਿੱਤੀ ਹਾਂ ਪ੍ਰੇਮ ਪਿਆਰ ਨਾਲ ਕਿਸੇ ਨੂੰ ਕਹੋ ਵੀ ਆ ਸੰਗਤ ਹੈ ਜੀ ਇਹ ਬਹੁਤ ਵਧੀਆ ਪ੍ਰਚਾਰ ਕਰ ਰਿਹਾ ਕੋਈ ਬਹੁਤ ਵਧੀਆ ਸੰਗਤ ਨੂੰ ਉਹਨਾਂ ਤੇ ਠੀਕ ਉਹਨਾਂ ਦੀ ਕਿਰਪਾ ਜਿੱਦਾਂ ਕਹਿ ਲਓ ਪਰ ਜੇ ਆਖੀਏ ਵੀ ਕੋਈ ਗੱਦੀ ਲਾ ਕੇ ਮੱਥਾ ਟਿਕਾਵੇ ਜਾਂ ਉਹ ਚੀਜ਼ਾਂ ਮੇਰੀ ਵੀ ਸਾਡੇ ਪਰਿਵਾਰ ਨੂੰ ਜੁੜਿਆ ਮਹਾਰਾਜ ਨਾਲ ਮਤਲਬ ਤੀਜੀ ਪੀੜੀ ਹੈ ਪਰ ਇਦਾਂ ਦਾ ਅਸੀਂ ਕਦੇ ਕੋਈ ਕਨਸੈਪਟ ਸੁਣਿਆ ਨਹੀਂ ਕਿ ਕਿਸੇ ਦੇ ਇਵਨ ਇੱਥੋਂ ਤੱਕ ਕਿ ਮਹਾਰਾਜ ਜੀ ਦੀ ਹਜ਼ੂਰੀ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਮਹਾਰਾਜ ਕਿਲੇ ਵਾਲੇ ਜਿਹੜੇ ਸੀ ਕਦੇ ਮੱਥਾ ਨਹੀਂ ਟੇਕਾਉਂਦੇ ਹੂੰ ਔਰ ਜਿਹੜੀ ਨਾਮਧਾਰੀਆਂ ਚ ਤੁਸੀਂ ਦੱਸ ਰਹੇ ਹੋ ਵੀ ਉਹਨਾਂ ਦੇ ਚੋਰੀ ਵੀ ਝੁੱਲਦੀ ਏ ਔਰ ਇਹ ਇਹ ਮੁੱਖ ਕਾਰਨ ਸੀ ਉਸ ਵੇਲੇ ਅਲੱਗ ਹੋਣ ਦੇ ਤੋ ਥੋੜਾ ਜਿਹੜਾ ਆਨੰਦ ਕਾਰਜ ਹੁੰਦਾ ਉਹ ਅਗਨੀ ਦੇ ਆਰਾਊਂਡ ਹੁੰਦਾ ਹੈ ਜਾਂ ਗੁਰੂ ਮਹਾਰਾਜ ਦਾ ਜਿਹੜਾ ਆਨੰਦ ਕਾਰਜ ਜੋ ਮਰਿਆਦਾ ਹੈ ਆਪਣੀ ਉਸ ਤਰੀਕੇ ਨਾਲ ਹੁੰਦਾ ਦੋਨਾਂ ਤਰੀਕਿਆਂ ਨਾਲ ਹੁੰਦਾ ਜੀ ਜਿਹੜੇ ਪੱਕੇ ਉਸ ਲੈਵਲ ਤੇ ਆਪਣਾ ਕੁਝ ਨਾਮਤਾਰੀ ਫੈਮਲੀਆਂ ਜੁੜੀਆਂ ਨੇ ਉਹ ਆਪਣੇ ਹਿਸਾਬ ਨਾਲ ਉਧਰ ਕਰਦੀਆਂ ਨੇ ਲੇਕਿਨ ਇਹ ਇਹਦੀ ਚ ਕੋਈ ਵੀ ਅਗਨੀ ਕੁੰਡ ਦੀ ਮਤਲਬ ਕਰਮਾ ਕਰਕੇ ਹੁੰਦਾ ਵਿਆਹ ਹਾਂਜੀ ਲੇਕਿਨ ਇਹ ਕੋਈ ਉਹ ਨਹੀਂ ਵੀ ਇਹ ਮਰਯਾਦਾ ਸਾਨੂੰ ਬਹੁਤ ਸਾਡੇ ਸਿੱਖ ਜਿੱਦਾਂ ਸਾਡੇ ਵੀ ਆਨੰਦ ਕਾਰਜ ਹੋਏ ਨੇ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋ ਚਾਰ ਲਾਵਾ ਪੜ ਕੇ ਉਹਨਾਂ ਦੇ ਫੇਰੇ ਹੋਏ ਨੇ ਤੇ ਹੋਰ ਜਿਹੜੇ ਇਹ ਅਗਨੀ ਦੇ ਅਗਨਕੁੰਡ ਦੇ ਜਿਹੜੀ ਪ੍ਰਕਰਮਾ ਕਰਕੇ ਵਿਆਹ ਹੁੰਦਾ ਹੈ ਨਾਮਧਾਰੀਆਂ ਚ ਵੀ ਥੋੜੇ ਚ ਵੀ ਉਹ ਫਿਰ ਚਾਰ ਲਾਵਾ ਪੜਦੇ ਆ ਕਿ ਕੁਝ ਹੋਰ ਪੜਿਆ ਜਾਂਦਾ ਉੱਥੇ ਨਹੀਂ ਚਾਰ ਲਾਵਾ ਹੀ ਪੜੀਆਂ ਜਾਂਦੀਆਂ ਨੇ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਹੁੰਦੀ ਹੈ ਮੈਂ ਤੇ YouTube ਤੇ ਵੇਖੀ ਆ ਜੀ ਮੈਂ ਹੁਣ ਨਾਮਧਾਰੀਆਂ ਦੇ ਕੁਝ ਵਿਆਹ ਵੇਖ ਰਿਹਾ YouTube ਤੇ ਉਹ ਮਤਲਬ ਇਸ ਹਿਸਾਬ ਨਾਲ ਕਰ ਰਹੇ ਨੇ ਸਾਡੀ ਸੰਪਰਦਾ ਚ ਵੀ ਬਹੁਤ ਇਹ ਚੀਜ਼ ਕਰਦੇ ਸੀ ਹੁਣ ਸਮੇਂ ਦੇ ਨਾਲ ਜਿਵੇਂ ਪ੍ਰਚਾਰ ਹੋ ਰਿਹਾ ਬਦਲਾਅ ਹੋ ਰਿਹਾ ਔਰ ਹਜੇ ਵੀ ਕਰਦੇ ਨੇ ਕਈ ਇਸ ਚੀਜ਼ ਤੇ ਕਿ ਇਦਾਂ ਹੋਣਾ ਚਾਹੀਦਾ ਤੁਹਾਡਾ ਤੁਹਾਡੀ ਸੋਚ ਕੀ ਹੈ ਤੁਹਾਡੀ ਆਪਣੀ ਸੋਚ ਕੀ ਹੈ ਮੇਰੀ ਸੋਚ ਇਹ ਹੈ ਜੀ ਜੇ ਸਾਨੂੰ ਸਾਡੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜ ਕੇ ਗਏ ਤੇ ਬਾਣੀ ਨੂੰ ਬਿਲਕੁਲ ਸਭ ਤੋਂ ਉੱਤੇ ਰੱਖਿਆ ਗਿਆ ਤੇ ਜੋ ਬਾਣੀ ਦਾ ਫਰਮਾਨ ਆ ਬਾਣੀ ਦੇ ਫਰਮਾਨ ਤੇ ਇਹੀ ਹੈ ਕਿ ਗੁਰਜੇਵੜ ਵਰ ਨਾ ਕੋਈ ਤਾਂ ਸ਼ਬਦ ਦੇ ਫੇਰੇ ਹੁਣ ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਵੇਖੋ ਤੇ ਜੋ ਬਟਾਲੇ ਦਾ ਇਤਿਹਾਸ ਹੈ ਨਾ ਜਿੱਥੇ ਮਹਾਰਾਜ ਦੇ ਫੇਰੇ ਹੋਏ ਉੱਥੇ ਦੋ ਇਤਿਹਾਸ ਆਉਂਦੇ ਆ ਇੱਕ ਤੇ ਇਹ ਵੀ ਲਿਖਿਆ ਜਾਂਦਾ ਵੀ ਉਹਨਾਂ ਨੇ ਅਗਲੀ ਦੇ ਫੇਰੇ ਕੀਤੇ ਲੇਕਿਨ ਇੱਕ ਇਤਿਹਾਸ ਇਹ ਵੀ ਹੁਣ ਪ੍ਰਚਲਿਤ ਹੋ ਰਿਹਾ ਕਿ ਉੱਥੇ ਇੱਕ ਪਰਚੀ ਤੇ ਇੱਕ ਓੰਕਾਰ ਲਿਖਿਆ ਸੀ ਉਹਦੇ ਫੇਰੇ ਹੋਏ ਸੀ ਹੂੰ ਤੇ ਇਹਦੇ ਵਿੱਚ ਆਪਣੀ ਆਪਣੀ ਸੋਚ ਸਭ ਦੀ ਮੇਰੀ ਸੋਚ ਕਹਿੰਦੀ ਹੈ ਵੀ ਜਿਹੜੇ ਅਗਨੀ ਇੱਕ ਪਵਿੱਤਰ ਚੀਜ਼ ਹੈ ਲੇਕਿਨ ਸ਼ਬਦ ਸਭ ਤੋਂ ਹੀ ਪਵਿੱਤਰ ਹੈ ਜੇ ਸ਼ਬਦ ਨਾ ਹੋਵੇ ਅਗਨੀ ਉਗਣੀ ਕੁਝ ਨਹੀਂ ਹੂੰ ਜੇ ਹੈ ਤੇ ਅਸੀਂ ਜਦੋਂ ਚਾਰ ਲਾਵਾਂ ਲੈਨੇ ਆ ਮਤਲਬ ਤੇ ਇਹ ਹੁੰਦਾ ਸੀ ਕਿਸੇ ਨੂੰ ਸਾਕਸ਼ੀ ਕਰ ਰਹੇ ਆ ਵੀ ਥੋਡੀਆਂ ਇਹਨਾਂ ਗੱਲਾਂ ਕਰਕੇ ਥੋੜੀ ਸੰਪਰਦਾਚ ਥੋੜਾ ਵਿਰੋਧ ਹੁੰਦਾ ਹੈ ਉਹ ਕਹਿੰਦੇ ਆ ਕਿ ਇਹ ਚੱਲੀਆਂ ਆ ਰੀਆਂ ਪਰੰਪਰਾਵਾਂ ਨੂੰ ਭਾਈ ਸਰਬਜੀਤ ਸਿੰਘ ਤੋੜ ਕੇ ਨਵੀਆਂ ਗੱਲਾਂ ਕਰ ਰਹੇ ਆ ਪਰੰਪਰਾਵਾਂ ਚ ਜਦਕਿ ਜੋ ਤੁਸੀਂ ਕਹਿ ਰਹੇ ਹੋ ਉਹ ਸਿੱਖ ਮਰਿਆਦਾ ਜਿਹੜੀ ਹੈ ਜੋ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਉਹਦੇ ਕੁਝ ਨੇੜੇ ਐ ਤੁਹਾਡੀਆਂ ਗੱਲਾਂ ਹਾਂਜੀ ਮੈਂ ਜਦੋਂ ਤੋਂ ਆਪਣਾ ਇਤਿਹਾਸ ਪੜਨਾ ਸ਼ੁਰੂ ਕੀਤਾ ਜੀ ਜਦੋਂ ਤੋਂ ਮੈਂ ਮਹਾਰਾਜ ਜੀ ਦੀ ਜੋ ਵੀ ਮੈਨੂੰ ਪੜ ਕੇ ਔਰ ਮਹਾਰਾਜ ਦੀਆਂ ਬਹੁਤ ਜਿਹੜੇ ਟੇਪਾਂ ਪਈਆਂ ਨੇ ਜੀ ਸਾਡੇ ਕੋਲ ਜੋ ਸੋ 200 220 ਘੰਟੇ ਦੀਆਂ ਉਹਨਾਂ ਦੇ ਵਿੱਚ ਕਦੇ ਵੀ ਇਤਿਹਾਸ ਤੋਂ ਬਾਹਰ ਨਹੀਂ ਕਦੇ ਵੀ ਕਿਸੇ ਮਨਮਤ ਕਿਉਂਕਿ ਜਿਵੇਂ ਗੁਰਮਰ ਜੀ ਆਦਾ ਮੰਨਦੀ ਹੈ ਵੀ ਇਹਨਾਂ ਨਾਲ ਨਹੀਂ ਵਰਤਣਾ ਆਰਾਮਨਾਈਆਂ ਨਾਲ ਨਹੀਂ ਵਰਤਣਾ ਸੇਮ ਟੂ ਸੇਮ ਹੈ ਮਾਰੇ ਵੀ ਨਹੀਂ ਸੀ ਇੱਥੋਂ ਤੱਕ ਜਿਹੜੇ ਕੋਈ ਜਿੱਦਾਂ ਬਿਆਸ ਵਾਲੇ ਜਾਂ ਕੋਈ ਏਦਾਂ ਜਾਂਦੇ ਸੀ ਮਰ ਕਹਿੰਦੇ ਸਾਡੇ ਅੱਗੇ ਨਾਮ ਹੀ ਨਾ ਲਓ ਹੂੰ ਅਸੀਂ ਜੋ ਅਸੀਂ ਸ਼ਬਦ ਨਾਲ ਜੁੜੇ ਹੋਏ ਸ਼ਬਦ ਦਾ ਹੀ ਵਜਨ ਕਰੋ ਤੇ ਸਤਕਾਰ ਕਰਦੇ ਸੀ ਹਰ ਇੱਕ ਦਾ ਵੀ ਇਹ ਨਹੀਂ ਇਸ ਕਰਕੇ ਮੈਂ ਉਸ ਚੀਜ਼ ਦੇ ਨਾਲ ਜੁੜਿਆ ਕਿਉਂਕਿ ਉਹਨਾਂ ਨੇ ਬਹੁਤ ਵੱਡੀ ਸਾਨੂੰ ਇੱਕ ਰਹਿਤ ਦਿੱਤੀ ਤੁਸੀਂ ਵੇਖੋ 1800 ਰਹਿਤਾ ਹੁਣ ਜਿਹੜੀ ਰਹਿਤ ਨੀਲਧਾਰੀ ਸੰਪਰਦਾ ਰੱਖ ਰਹੀ ਹੈ ਮੈਨੂੰ ਨਹੀਂ ਲੱਗਦਾ ਵੀ ਹੋਰ ਕੋਈ ਸੰਪਰਦਾਵਾ ਦੇ ਵਿੱਚ ਰੱਖਦੇ ਹੋਣਗੇ ਸਤਕਾਰਯੋਗ ਨੇ ਲੇਕਿਨ ਸਾਡੇ 5 ਸਾਲ ਦਾ ਵੀ ਬੱਚਾ 2 ਸਾਲ ਦਾ ਵੀ ਬੱਚਾ 1 ਸਾਲ ਦਾ ਵੀ ਬੱਚਾ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਤ ਦੇ ਵਿੱਚ ਲਿਖਿਆ ਹੈ ਨੇ ਜੀ ਕਿ ਜਾਮ ਜਾਮਣੀ ਮੱਜਣਾਤ ਛੇ ਜਲ ਵਰਤੇ ਮੂਤਰ ਕੇ ਪਾਛੇ ਇੱਕ ਰੈਦ ਸੀ ਸਿੱਖਾ ਵਾਸਤੇ ਕਿਉਂਕਿ ਜੰਗਲਾਂ ਚ ਰਹਿੰਦੇ ਸੀ ਉਸ ਵੇਲੇ ਬਹੁਤ ਜ਼ਰੂਰੀ ਸੀ ਤੁਸੀਂ ਵੇਖਿਆ ਕਰੋਨਾ ਦੇ ਵਿੱਚ ਲੋਕਾਂ ਨੇ ਕਿਵੇਂ ਹੱਥ ਧੋਤੇ ਕਿਵੇਂ ਸੈਨੀਟਾਈਜ਼ ਵਰਤੇ ਹੁਣ ਮਹਾਰਾਜ ਦਾ ਹੁਕਮ ਜਦੋਂ ਤੁਸੀਂ ਬਾਥਰੂਮ ਜਾਂਦੇ ਹੋ ਇਹ ਦਸਵੇਂ ਪਾਤਸ਼ਾਹ ਜੀ ਦੇ ਹੁਕਮ ਨੇ ਕਿ ਆਪਣਾ ਪੰਜੇਛਾ ਨਾ ਕਰੋ ਤੇ ਹੁਣ ਅੱਜ ਦੀ ਡੇਟ ਦੇ ਵਿੱਚ ਤੁਸੀਂ ਵੇਖਿਆ ਉਹ ਹੋਟਲਾਂ ਚ ਜਾਂਦੇ ਨੇ ਉਹ ਬਣੇ ਹੁੰਦੇ ਨੇ ਜਾਲ ਵਰ ਆਪਣਾ ਕੀਤਾ ਚਿੱਟੇ ਸਾਡੇ ਉੱਤੇ ਬੈਗੇ ਮਹਾਰਾਜ ਦਾ ਹੁਕਮ ਸੀ ਜਾਲ ਜਦੋਂ ਵਰਤੋ ਤੇ ਪੰਛੀ ਨਾਲ ਨਾ ਕਰੋ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਬਹਿਣਾ ਤੁਹਾਡੇ ਬਸਤਰ ਸੁੱਚੇ ਔਰ ਕੇਸੀ ਇਸ਼ਨਾਨ ਕੀਤਾ ਹੋਣਾ ਚਾਹੀਦਾ ਹਮ ਔਰ ਦੂਜੇ ਪਾਸੇ ਅਸੀਂ ਜਦੋਂ ਲੈਟਰੀਂ ਜਾਂਦੇ ਨੇ ਜਦੋਂ ਜੰਗਲ ਪਾਣੀ ਆਪਣਾ ਕਰਦੀ ਹੁੰਦੇ ਨੇ ਉਦੋਂ ਵੀ ਸਾਡੇ ਬੱਚੇ ਵੀ ਇਵੇਂ ਛੋਟੇ ਛੋਟੇ ਬੱਚੇ ਨੇ ਉਹ ਵੀ ਭਾਵੇਂ ਠੰਡ ਹੋਵੇ ਕੁਝ ਹੋਵੇ ਕਿਸ ਇਸ਼ਨਾਨ ਕਰਦੇ ਇਹ 10ਵੇਂ ਪਾਸ਼ਾ ਜੀ ਦੀ ਮਰਜ਼ਾਦਾ ਦਾ ਇੱਕ ਹਿੱਸਾ ਹੁਣ ਸਾਨੂੰ ਤੇ ਏਡੀ ਵੱਡੀ ਮਰਜ਼ਾਦਾ ਮਿਲੀ ਹੋਈ ਫਿਰ ਇੱਕ ਗੁਰਬਾਣੀ ਦੀ ਸੁਖਮਣੀ ਸਾਹਿਬ ਜੀ ਦੀ ਮੰਗਤੀ ਹੈ ਜਿਹਦੇ ਚ ਮਹਾਰਾਜ ਨੇ ਇਹ ਵਜਨ ਕੀਤਾ ਵੀ ਮਿੱਥਿਆ ਨਾਹੀ ਰਸਨਾ ਪਰਸ ਇਹ ਜਾਪ ਕਰਨ ਨੂੰ ਮਹਾਰਾਜ ਨੇ ਕਿਹਾ ਵੀ ਇਹਦਾ ਰੋਜ਼ ਜਾਪ ਕਰੋ ਵੀ ਤੁਹਾਨੂੰ ਚੇਤਾ ਰਵੇ ਵੀ ਮੈਂ ਝੂਠ ਨਹੀਂ ਮਾਰਨਾ ਹਾਂ ਇਹਦਾ ਅਰਥ ਹੈ ਵੀ ਮਿੱਥਿਆ ਦਾ ਮਤਲਬ ਕਿ ਝੂਠ ਨਹੀਂ ਮਿੱਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਰਿੰਜਨ ਧਰਸ ਤੇ ਤੁਸੀਂ ਵੇਖੋ ਮੈਂ ਇੱਕ ਛੋਟੀ ਜਿਹੀ ਘਟਨਾ ਤੁਹਾਨੂੰ ਸੁਣਾਣਾ ਚਾਹੁੰਦਾ ਦਿੱਲੀ ਦੇ ਵਿੱਚ ਮਾਰੇ ਗਏ ਸੀ ਤੇ ਉਦੋਂ 85 ਕ ਸਾਲ ਦੀ ਉਮਰ ਹੋਏਗੀ 85 ਜਾਂ 90 ਦੇ ਵਿੱਚ ਇੰਨੀ ਕੁ ਕੋਈ ਸਮਾਗਮ ਸੀ ਤੇ ਸੰਗਤਾਂ ਨੇ ਬਣਾਇਆ ਰਾਣੀ ਬਾਗ ਉੱਥੇ ਕਿਸੇ ਨੇ ਆਪਣੇ ਘਰ 'ਚ ਤਿਆਰੀ ਕਰਵਾਈ ਤਿਆਰੀ ਕਰਵਾ ਕੇ ਮਾਰੇ ਨੂੰ ਨਵੇਂ ਬਸਤਰ ਜਿੱਦਾਂ ਆਮ ਤੇ ਉਦਾਂ ਫਕੀਰੀ ਪਹਿਰੇ ਚ ਵਧੀਆ ਵੀ ਔਰ ਜਿੱਦਾਂ ਵੀ ਮੌਜ ਚ ਰਹਿੰਦੇ ਸਿ ਪੁਆਏ ਉਸ ਤੋਂ ਬਾਅਦ ਉਹਨਾਂ ਨੇ ਨਾ ਇੱਕ ਸ਼ੀਸ਼ਾ ਲਿਆਂਦਾ ਮਿਰਰ ਉਹਨਾਂ ਦੀ ਅੱਜ ਵੀ ਉਹ ਲੱਗਾ ਹੋਇਆ ਪੂਰੀ ਇੱਕ ਦਰਵਾਜ਼ੇ ਦੇ ਵਿੱਚ ਮਹਾਰਾਜ ਅੱਗੇ ਕੀਤਾ ਕਹਿੰਦੇ ਮਾਰੇ ਵੀ ਵੇਖੋ ਆਪਣੇ ਆਪ ਨੂੰ ਕਿਦਾਂ ਦੇ ਤੁਸੀਂ ਹੈਰਾਨ ਹੋ ਜਾਓਗੇ 85 ਸਾਲ ਦੀ ਉਮਰ 'ਚ ਮਾਰੇ ਇਹ ਵਜਨ ਕੀਤਾ ਕਹਿੰਦੇ ਮੈਂ ਪਹਿਲੀ ਵਾਰੀ ਆਪਣਾ ਸਰੂਪ ਵੇਖਿਆ ਹੂੰ ਨਹੀਂ ਤੇ ਮੈਨੂੰ ਨਹੀਂ ਲੱਗਦਾ ਵੀ ਅਸੀਂ ਜੰਮ ਦੇ ਬੱਚੇ ਵੀ ਅੱਜਕੱਲ ਸਾਰਾ ਏਡੀਆਂ ਵੱਡੀਆਂ ਰਹਿਤਾਂ ਦਿੱਤੀਆਂ ਤੇ ਫਿਰ ਇਸ ਕਰਕੇ ਅਸੀਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਨੂੰ ਦਸਣ ਚ ਦੁਨੀਆ ਚ ਇਹ ਪਚਾਈਆਂ ਨਹੀਂ ਗਈਆਂ ਜਿਹਦੇ ਕਰਕੇ ਸਾਨੂੰ ਬਹੁਤ ਥਾਵਾਂ ਤੋਂ ਇਹ ਸੁਣਨ ਨੂੰ ਮਿਲਦਾ ਨੀਲਤਾਰੀ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਹੂੰ ਨੀਲਤਾਰੀ ਬੇਦਬੀ ਕਰਦੇ ਨੇ ਪਰ ਤੁਸੀਂ ਕਦੇ ਵੀ ਜਿਹੜੇ ਸਾਡੇ ਸਤਕਾਰ ਸਤ ਸਥਾਨ ਮਹਾਰਾਜ ਜੀ ਕਿਲੇ ਵਾਲਿਆਂ ਦੇ ਉਹਨਾਂ ਤੇ ਜਾ ਕੇ ਵੇਖੋ ਤੁਹਾਨੂੰ ਮਰਯਾਦਾ ਪਤਾ ਲੱਗੇਗੀ ਵੀ ਕੀ ਮਰਯਾਦਾ ਤੁਸੀਂ ਜਦੋਂ ਕੀਰਤਨ ਕਰਦੇ ਹੋ ਫਿਰ ਜੇ ਸ਼ਬਦ ਗੁਰੂ ਤੁਸੀਂ ਕਹਿ ਰਹੇ ਹੋ ਕਿ ਸਰਬ ਉੱਚਮ ਹੈ ਪਰ ਸ਼ਬਦ ਗੁਰੂ ਦਾ ਕੀਰਤਨ ਕਿਉਂ ਨਹੀਂ ਕਰਦੇ ਕੱਚੀ ਬਾਣੀ ਕਿਉਂ ਪੜ੍ਹਦੇ ਹੋ ਤੁਸੀਂ ਇਹ ਜਿਵੇਂ ਦੀ ਪੁਰਾਤਨ ਮਰਜ਼ਾਦਾ ਚੱਲਦੀ ਆਈ ਹੈ ਕਹਿਣ ਦਾ ਭਾਵ ਤੁਸੀਂ ਬਾਬਾ ਅਤਰ ਸਿੰਘ ਜੀ ਦਾ ਨਾਮ ਬਹੁਤ ਸੁਣਿਆ ਹੋਏਗਾ ਉਸ ਤੋਂ ਬਾਅਦ ਤੁਸੀਂ ਹੁਣੇ ਨਾਮਤਾਰੀ ਸਤਿਗੁਰੂ ਰਾਮ ਸਿੰਘ ਜੀ ਦੀ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਲੋਕਾਂ ਨੇ ਲਗਾਏ ਸੀ ਉਦੋਂ ਦਾ ਇਤਿਹਾਸ ਆਉਂਦਾ ਵੀ ਜਿਹੜੇ ਇਹਨਾਂ ਦੇ ਜਥੇ ਗੁਰੂ ਰਾਮ ਸਿੰਘ ਜੀ ਦੇ ਇਹ ਗਲਾਂ 'ਚ ਟੋਲਕੀਆਂ ਛੈਣੇ ਪਾ ਕੇ ਉਹ ਸਰੂਪ ਲੈ ਕੇ ਆਉਂਦੇ ਸੀ ਔਰ ਕੀਰਤਨ ਕਰਦੇ ਜਾਂ ਅੱਛਾ ਇੱਕ ਮੈਂ ਹੋਰ ਤੁਹਾਨੂੰ ਤੁਹਾਡੀ ਇਹ ਨੌਲੇਜ ਦਾ ਵਾਧਾ ਕਰਨਾ ਚਾਹੁੰਨਾ ਜਿਹੜੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਦਰਬਾਰ ਸਾਹਿਬ ਦੀ ਚੌਂਕੀਆਂ ਹੁੰਦੀਆਂ ਜੀ ਅੱਜ ਵੀ ਹੁੰਦੀਆਂ ਹੂੰ ਸ਼ਾਇਦ ਤੁਸੀਂ ਕਦੇ ਉਸ ਚੌਂਕੀ 'ਚ ਹਾਜ਼ਰੀ ਭਰੀ ਹੋਵੇ ਕਿ ਨਾ ਬਹੁਤ ਚੌਂਕੀਆਂ ਐਸੀਆਂ ਹੁੰਦੀਆਂ ਸੀ ਜਿਨ੍ਹਾਂ 'ਚ ਗੁਰਬਾਣੀ ਦੇ ਸ਼ਬਦ ਪੜੇ ਜਾਂਦੇ ਟੋਲਕੀ ਨਾਲ ਹੂੰ ਗਲਾਂ 'ਚ ਟੋਲਕੀਆਂ ਪਾ ਕੇ ਬਿਲਕੁਲ ਔਰ ਕੁਝ ਐਸੀ ਸੀ ਜਿਹੜੇ ਨਗਰਾਂ ਤੋਂ ਪਿੰਡਾਂ ਤੋਂ ਆਉਂਦੇ ਸੀ ਉਹ ਸਿੱਧੀਆਂ ਧਾਰਨਾ ਨਾਲ ਮਤਲਬ ਸਿੱਧੀ ਬਾਣੀ ਕਹਿ ਲਓ ਕਹਿਣ ਦਾ ਮਤਲਬ ਇਹ ਬਾਣੀ ਤੋਂ ਉੱਤੇ ਕੋਈ ਨਹੀਂ ਹੋ ਸਕਦਾ ਇੱਕ ਤੇ ਮੈਂ ਬੜੀ ਵੱਡੀ ਗੱਲ ਕੀਤੀ ਹੈ ਵੀ ਬਾਣੀ ਕਦੀ ਕੱਚੀ ਨਹੀਂ ਹੁੰਦੀ ਬਹੁਤ ਦੁਨੀਆ ਗੱਲ ਕਰਦੀ ਕੱਚੀ ਬਾਣੀ ਔਰ ਪੱਕੀ ਇੱਕ ਇਹਦਾ ਗੁਰਬਾਣੀ ਦਾ ਫਰਮਾਨ ਹੈ ਸਤਿਗੁਰ ਬਿਨ ਹੋਰ ਕੱਚੀ ਹੈ ਬਾਣੀ ਸਤਿਗੁਰ ਤੋਂ ਬਗੈਰ ਅਗਰ ਅਸੀਂ ਕਿਸੇ ਮਨਮਤ ਨਾਲ ਜੋੜ ਰਹੇ ਹਾਂ ਅਗਰ ਇੱਕ ਪਰੰਪਰਾ ਬਣੀ ਹੋਣ ਇਹ ਸਿੱਧੀਆਂ ਧਾਰਨਾ ਕਰਕੇ 9 ਲੱਖ ਪ੍ਰਾਣੀ ਨੂੰ ਬਾਬਾ ਇਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਅੰਮ੍ਰਿਤ ਸ਼ਿਕਾਤਾ ਹੁਣ ਜੇ ਉਹਨਾਂ ਨੇ ਅੰਮ੍ਰਿਤ ਸ਼ਿਕਾਇਆ ਉਹਨਾਂ ਨੂੰ ਧਾਰਨਾ ਦਾ ਨਿਤੇ ਨਿਮ ਕਰਨ ਵਾਸਤੇ ਨਹੀਂ ਸੀ ਆਖਿਆ ਪੰਜ ਪਿਆਰੇ ਨੇ ਇਹ ਤਾਂ ਨਹੀਂ ਕਿਹਾ ਹੋਵੇਗਾ ਵੀ ਤੁਸੀਂ ਪੰਜ ਧਾਰਨਾ ਬਣਨੀ ਹੈ ਸਵੇਰੇ ਉੱਠ ਕੇ ਕੀ ਕਿਹਾ ਹੋਵੇਗਾ ਇੱਕ ਕਥਾ ਦਾ ਰੂਪ ਬਣਾ ਕੇ ਹੁਣ ਤੁਸੀਂ ਮਾਨ ਸਿੰਘ ਝੌਰ ਸਾਹਿਬ ਦੀ ਕਥਾ ਸੁਣਦੇ ਹੋ ਉਹਨਾਂ ਦੇ ਵਿੱਚ ਜਦੋਂ ਕਥਾ ਕਰਦੇ ਹੋ ਇੱਕ ਤੋਖ ਲੈ ਕੇ ਉਹਨੂੰ ਬੋਲਦੇ ਸੰਗਤ ਮਗਰ ਬੋਲਦੀ ਇਦਾਂ ਹੀ ਪ੍ਰਾਤਨ ਜਿਹੜਾ ਰੂਪ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਧਾਰਨਾ ਸੀ ਜਿੱਦਾਂ ਹੁਣ ਤੇ ਸਮਾਬਦਨ ਕਰਕੇ ਲੋਕੀ ਕਵਤਾ ਵੀ ਬੋਲਦੇ ਆ ਬੜੇ ਬੜੀਆਂ ਆਪਣੇ ਆਪ ਚ ਸ਼ਿਮੀਆਂ ਸੀ ਬਣਾ ਲੇ ਲੇਕਿਨ ਪ੍ਰਾਤਨ ਤੁਸੀਂ ਕੀਰਤਨ ਸੁਣੋ ਜਿਹਦੇ ਵਿੱਚ ਰੂਪ ਸਾਦਾ ਸੀ ਲੇਕਿਨ ਹੈ ਗੁਰਬਾਣੀ ਸੀ ਔਰ ਕੋਸ਼ਿਸ਼ ਇਹ ਹੀ ਹੈ ਕਿ ਗੁਰਬਾਣੀ ਤੋਂ ਬਾਹਰ ਕੀਰਤਨ ਨਾ ਹੋਵੇ ਜਿਵੇਂ ਦਿੱਲੀ ਦੇ ਵਿੱਚ ਵੀ ਹੁਣੇ ਵਿਵਾਦ ਚੱਲਿਆ ਜਿੱਥੇ ਦਿੱਲੀ ਕਮੇਟੀ ਦੇ ਵੱਲੋਂ ਵੀ ਔਰ ਉੱਥੇ ਖਾਸ ਤੌਰ ਤੇ ਹੈੱਡ ਗ੍ਰੰਥੀ ਵੀ ਇਸ ਬਾਰੇ ਬੋਲੇ ਆ ਕਿ ਉਹ ਤਾਂ ਇਹ ਵੀ ਕਹਿ ਰਹੇ ਆ ਕਿ ਜਿਹੜਾ ਫਿਊਜ਼ਨ ਕ੍ਰੀਏਟ ਕੀਤਾ ਜਾ ਰਿਹਾ ਬਾਣੀ ਚਕੇ ਇੱਕ ਸ਼ਬਦ ਇੱਥੋਂ ਚੱਕਿਆ ਇੱਕ ਸ਼ਬਦ ਕਿਤੋਂ ਹੋਰ ਚੱਕਿਆ ਵਿੱਚ ਵਾਹਿਗੁਰੂ ਦੀ ਧੁਣੀ ਲਾਣੀ ਸ਼ੁਰੂ ਕਰ ਦਿੰਦੇ ਹੋ ਕਿ ਇਹ ਵੀ ਗਲਤ ਹੈ ਤੁਸੀਂ ਤਾਂ ਜੋ गा ਰਹੇ ਹੋ ਉਹ ਤਾਂ ਬਹੁਤ ਦੂਰ ਦੀ ਗੱਲ ਹੈ ਉਹ ਤਾਂ ਉਹਨੂੰ ਵੀ ਗਲਤ ਦੱਸ ਰਹੇ ਆ ਅਸਲ ਚ ਦੀ ਸਿੱਖ ਸਿਆਣਾ ਜਾਦਾ ਹੁੰਦਾ ਜਾਂਦਾ ਗਿਆਨ ਕੀ ਆਈ ਆਂਦੀ ਸਮੇਂ ਨਾਲ ਅਸੀਂ ਇੱਕ ਚੀਜ਼ ਨਹੀਂ ਵੇਖਦੇ ਪ੍ਰਾਪਤੀ ਤੇ ਵੇਖੀਏ ਚਲੋ ਮੰਨ ਲਓ ਕੋਈ ਵਾਹਿਗੁਰੂ ਕਰਦਾ ਕੋਈ ਤਾਰਨਾ ਪੜਦਾ ਕੋਈ ਦਰਬਾਰ ਸਾਹਿਬ ਦੇ ਰਾਗੀ ਨੇ ਜਿਵੇਂ ਬਾਈਬਲ ਵੀਰ ਸਿੰਘ ਜੀ ਮਤਲਬ ਕਹਿ ਲਓ ਉਹਨਾਂ ਨੂੰ ਮਾਂ ਹੀ ਕਹਿੰਦੇ ਸੀ ਰਾਗਾਂ ਦੀ ਆਪਾਂ ਉਹਨਾਂ ਦੀ ਪ੍ਰਾਪਤੀਆਂ ਵੇਖ ਲਈਏ ਤਾਰਨਾ ਦੀ ਪ੍ਰਾਪਤੀ ਵੇਖ ਲਈਏ ਤੇ ਦੂਜੇ ਪਾਸੇ ਜਿਹੜੇ ਅਖੰਡ ਕੀਰਤਨੀ ਸਿੰਘ ਨੇ ਇਹਨਾਂ ਦੀ ਪ੍ਰਾਪਤੀ ਵੇਖੀਏ ਹੁਣ ਸਾਰੀ-ਸਾਰੀ ਰਾਤ ਕੀਰਤਨ ਕਰਦੇ ਨੇ ਜੀ ਸਾਰੀ-ਸਾਰੀ ਰਾਤ ਇਹਨਾਂ ਦੇ ਦਵਾਨ ਹੁੰਦੇ ਨੇ ਅਸੀਂ ਮੈਂ ਦਿੱਲੀ 'ਚ ਵੇਖਦਾ ਸਾਰੀ-ਸਾਰੀ ਰਾਤ ਰੈਣ ਸਪਾਈਆਂ ਹੁੰਦੀਆਂ ਉਹਦੇ 'ਚ ਹਾਂ ਜਿਹੜੇ ਅੱਜਕੱਲ੍ਹ ਅਜੋਕੇ ਸਮੇਂ 'ਚ ਜਿਹੜੇ ਨਵੇਂ ਆ ਰਹੇ ਨੇ ਕੀਰਤਨ ਦੇ ਵਿੱਚ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਹੋ ਸਕਦਾ ਕੁਝ ਗਲਤੀਆਂ ਕਿਉਂਕਿ ਉਹ ਮੈਂ ਪਿੱਛੇ ਵੇਖਿਆ ਸੀ ਵੀ ਇੱਕ ਸਿੰਘ ਨੇ ਬਿਲਕੁਲੀ ਇੱਕ ਗਿਟਾਰਜੀ ਦੇ ਨਾਲ ਕਹਿ ਲਓ ਇੱਕ ਗਾਣੇ ਦੀ ਤੁਨ ਨੂੰ ਪੂਰਾ ਸ਼ਬਦ ਦੇ ਨਾਲ ਮੈਚ ਕਰ ਦਿੱਤਾ ਸੀ ਹਾਂ ਹੁਣ ਤਰਜਾਈ ਉਹ ਲਈ ਜਾਂਦੇ ਗਾਣਿਆਂ ਵਾਲੀਆਂ ਹੁਣ ਇੱਕ ਸਮਾਂ ਸੀ ਵੀ ਦਰਬਾਰ ਸਾਹਿਬ ਜੀ ਭਾਈ ਸੁਰਜਨ ਸਿੰਘ ਜੀ ਕੀਰਤਨ ਕਰ ਰਹੇ ਨੇ ਉਹਨਾਂ ਦੀ ਤੁਨ ਚੁੱਕੀ ਏ ਬਾਲੀਵੁੱਡ ਵਾਲਿਆਂ ਨੇ ਔਰ ਉੱਤੇ ਕਿੰਨੇ ਬਾਅਦ ਚ ਇੱਕ ਫਿਲਮ ਆਈ ਉਹਦਾ ਗਾਣਾ ਆਇਆ ਕਿੱਥੇ ਸੋਚ ਵੇਖੋ ਇਹਦਾ ਮਤਲਬ ਸਾਡੀ ਕਿਤੇ ਨਾ ਕਿਤੇ ਸੋਚ ਜਿਹੜੀ ਉਹ ਥੱਲੇ ਜਾ ਰਹੀ ਜਿਹਦੇ ਕਰਕੇ ਇਹ ਜਿਹੜੀਆਂ ਚੀਜ਼ਾਂ ਆ ਰਹੀਆਂ ਨਹੀਂ ਤੇ ਗੁਰਬਾਣੀ ਤੇ ਤੁਸੀਂ ਵੈਸੇ ਵੀ ਪੜੋ ਤੁਸੀਂ ਵੈਸੇ ਸਹਿਜ ਬਾਣ ਸੁਣੋ ਤੁਹਾਨੂੰ ਆਨੰਦ ਆਏਗਾ ਤੁਸੀਂ ਕਿਸੇ ਦੀ ਸਾਦੀ ਜੀ ਤੁਨ ਸੁਣੋ ਜੇ ਤੁਹਾਡਾ ਗੁਰਬਾਣੀ ਮੇਨ ਮਾਰੀ ਨੇ ਕਿਹੱਕ ਗੁਰਬਾਣੀ ਜਦੋਂ ਕੀਰਤਨ ਹੈ ਅਸੀਂ ਰਾਗਾਂ ਨੂੰ ਔਰ ਇਹਨਾਂ ਚੀਜ਼ਾਂ ਨੂੰ ਮੁੱਖ ਨਹੀਂ ਮੁੱਖ ਗੁਰਬਾਣੀ ਨੂੰ ਰੱਖਣਾ ਹੂੰ ਰਾਗ ਤੇ ਹੁਣ ਤੁਸੀਂ ਅ ਪੰਡਿਤ ਕਿਸ਼ਨ ਦਾਸ ਜੀ ਇਦਾਂ ਵੱਡੇ ਵੱਡੇ ਜਿਹੜੇ ਹੂੰ ਰਾਗਾਂ ਵਾਲੇ ਨੇ ਜਦੋਂ ਉਹਨਾਂ ਨੇ ਗੁਰਬਾਣੀ ਦਰਬਾਰ ਸਾਹਿਬ ਆ ਕੇ ਸੁਣੀ ਉਹਨਾਂ ਨੇ ਵੇਖਿਆ ਕਿ ਮੈਂ ਵੀ ਇੱਕ ਤੁਨਾ ਪੜਦਾ ਰਾਗ ਪੜਦਾ ਔਰ ਪ੍ਰਾਤਨ ਰੀਤਾਂ ਪੜਦਾ ਪਰ ਕਹਿੰਦਾ ਜੇ ਆਹ ਜਿਹੜੀ ਗੁਰਬਾਣੀ ਵਿੱਚ ਲਿਆ ਕੇ ਜਦੋਂ ਪੜਦਾ ਮੈਂ ਉਦੋਂ ਉਹਦਾ ਮੇਰੀ ਆਤਮਾ ਤੇ ਅਸਰ ਹੁੰਦਾ ਹੁਣ ਮੈਨੂੰ ਲੱਗਦਾ ਵੀ ਅਸੀਂ ਜ਼ੋਰ ਤੇ ਲੱਗਾ ਹੋਇਆ ਵੀ ਸਭ ਤੋਂ ਉੱਚੀ ਬਾਜੀ ਕੌਣ ਲਾ ਸਕਦਾ ਪਲੱਸ ਸਭ ਤੋਂ ਵਧੀਆ ਗਾਣੇ ਤੇ ਜਿਹੜਾ ਗਾਣਾ ਪਪੂਲਰ ਹੋਇਆ ਪਿਆ ਉਹਦੇ ਤੇ ਕਿਵੇਂ ਆਪਾਂ ਤੁਹਾਨੂੰ ਫਿੱਟ ਕਿਦਾਂ ਕਰ ਸਕਦੇ ਆ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਇਹ ਚੀਜ਼ ਸਾਨੂੰ ਨੁਕਸਾਨ ਦੇਗੀ ਹਮ ਲੋਕਾਂ ਨੇ ਘਟਾਣਾ ਲੈ ਕੇ ਵੀ ਕੀਰਤਨ ਕਰਨ ਲੱਗ ਪੈਣਾ ਲੋਕਾਂ ਨੇ ਆ ਆਮ ਤੌਰ ਤੇ ਜਿਵੇਂ ਬਿਆਨਵਗਾਰ ਤੇ ਆ ਹੀ ਗਏ ਤੁਸੀਂ ਵੇਖਿਆ ਸਾਜ ਤੇ ਸਾਰੇ ਉਹਦੇ ਚ ਸ਼ੁਰੂ ਹੋ ਗਏ ਪੈਡ ਵੀ ਸ਼ੁਰੂ ਹੋ ਗਿਆ ਸਭ ਕੁਝ ਸ਼ੁਰੂ ਹੋ ਗਿਆ ਤੇ ਮੈਨੂੰ ਲੱਗਦਾ ਰਹਿ ਕੁਝ ਨਹੀਂ ਗਿਆ ਪਿੱਛੇ ਪੁਰਾਤਨ ਸਾਜ ਵੀ ਚਲੇ ਗਏ ਦਰਬਾਰ ਸਾਹਿਬ 'ਚ ਵੀ ਅੱਜ ਇੱਕ ਉਹਨਾਂ ਨੇ ਪੱਕਾ ਮੈਂ ਵੇਖਦਾ ਸਾਰਾ ਦਿਨ ਵੀ ਵਿਚਾਰਾ ਇੱਕ ਲੱਗਾ ਹੁੰਦਾ ਜਿੰਨੇ ਤੰਤੀ ਸਾਜ ਫੜਿਆ ਹੁੰਦਾ ਤੇ ਨਾ ਹੁੰਦਾ ਜੀ ਤੰਤੀ ਸਾਜ ਨਾਲ ਕੀਰਤਨ ਹੋ ਰਿਹਾ ਔਰ ਜਿਹੜੇ ਸਾਡੇ ਮਹਾਰਾਜ ਦੇ ਕੀਰਤਨੀਏ ਕਰਦੇ ਉੱਥੇ ਦਰਬਾਰ ਸਾਹਿਬ ਦੇ ਕੀਰਤਨੀਏ ਕਰਦੇ ਉਹ ਰਾਗਾਂ 'ਚ ਕੀਰਤਨ ਕਰ ਰਹੇ ਰੀਤਾਂ 'ਚ ਕਰ ਰਹੇ ਆ ਲੇਕਿਨ ਜੇ ਜਥੇਜ ਕਹੀਏ ਜਥੇ ਜੋ ਨਾ ਜ ਤੰਤੀ ਸਾਧ ਨਹੀਂ ਹੈ ਹਮ ਇੱਕ ਬੰਦਾ ਪੱਕਾ ਉੱਥੇ ਉਹ ਡਿਊਟੀ ਤੇ ਲੱਗਾ ਹੋਇਆ ਮੈਂ ਵੇਖਦਾ ਕਈ ਵਾਰੀ ਤੁਸੀਂ ਵੀ ਵੇਖਿਆ ਹੋਵੇਗਾ ਉਹ ਸਾਰੇ ਜਥਿਆਂ ਨਾਲ ਹੀ ਕਈ ਵਾਰੀ ਮਿਲ ਜਾਂਦਾ ਬਿਲਕੁਲ ਤੇ ਕਿਉਂਕਿ ਪਿੱਛੇ ਇਹਦਾ ਇੱਕ ਵਿਰੋਧ ਹੋਇਆ ਸੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਜਿਹੜਾ ਵਾਜਾ ਜੀ ਇਹ ਸਾਜ ਨਹੀਂ ਤੇ ਜਿਹੜੇ ਗੁਰੂ ਘਰ ਦੇ ਕੀਰਤਨੀਏ ਇਹਨਾਂ ਨੇ ਇਸ ਚੀਜ਼ ਦਾ ਕਿਹਾ ਸੀ ਵੀ ਇਹ ਸਾਜ ਤੇ ਨਹੀਂ ਲੇਕਿਨ ਇਹ ਹੁਣ ਪ੍ਰਚਲਿਤ ਹੋਇਆ ਆਪਾਂ ਕਿਵੇਂ ਛੱਡ ਸਕਦੇ ਆ ਬੜੇ ਵੱਡੇ ਮੁੱਦੇ ਨੇ ਜੀ ਮੈਨੂੰ ਲੱਗਦਾ ਕਿ ਸਾਨੂੰ ਇਹਨਾਂ ਚੀਜ਼ਾਂ ਤੇ ਧਿਆਨ ਤੇ ਦੇਣਾ ਚਾਹੀਦਾ ਲੇਕਿਨ ਤੁਸੀਂ ਇੱਕ ਚੀਜ਼ ਵੇਖੋ ਵੀ ਜਿਹੜਾ ਵੀ ਗੁਰੂ ਸਾਹਿਬ ਨਾਲ ਜੁੜਿਆ ਕਿਸੇ ਵੀ ਤੰਗ ਨਾਲ ਉਹਦੀ ਪ੍ਰਾਪਤੀ ਕੀ ਹੈ ਹੂੰ ਕਿਸ ਨੇ ਦਾਸ ਸਿੰਘ ਜੋੜੇ ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਵੱਡਾ ਹੁਕਮ ਹੈ ਜਦੋਂ ਮਾਰੇ ਨੇ ਅੰਮ੍ਰਿਤ ਛਕਾਇਆ ਜੀ ਅਸੀਂ ਸਿਰਫ ਪੜਦੇ ਆ ਵੀ ਪੰਜ ਸਿੱਖਾਂ ਨੂੰ ਛਕਾਇਆ ਪੰਜਾਂ ਨੂੰ ਨਹੀਂ ਛਕਾਇਆ ਪੰਜਾਂ ਨੂੰ ਛਕਾ ਕੇ ਫਿਰ ਪੰਜਾਂ ਨੂੰ ਛਕਾਇਆ ਉਹਨਾਂ ਦੇ ਨਾਮ ਆਉਂਦੇ ਨੇ ਇਤਿਹਾਸ ਚ ਫਿਰ 11 ਨੂੰ ਛਕਾਇਆ ਨਾਲ ਦੀ ਨਾਲ ਫਿਰ ਅਨੇਕ ਹੀ ਸੰਗਤ ਨੇ ਉਸ ਵੇਲੇ ਅੰਮ੍ਰਿਤ ਛਕਿਆ ਬਿਲਕੁਲ ਹੁਣ ਜਦੋਂ ਉਹਨਾਂ ਨੇ ਅੰਮ੍ਰਿਤ ਛਕਿਆ ਦਸਵੇਂ ਪਾਤਸ਼ਾਹ ਮਾਰੇ ਆਪ ਵੀ ਛਕਿਆ ਤੇ ਜਦੋਂ ਉਦੋਂ ਮਾਰਾਈ ਨੇ ਜਿੰਨਾਂ ਨੂੰ ਸ਼ਿਕਾਇਆ ਪਹਿਲਾਂ 5 ਪਿਆਰੇ 5 ਮੁਗਤੇ ਅਸੀਂ 40 ਮੁਗਤੇ ਕਹਿੰਦੇ ਆ ਲੇਕਿਨ ਇਤਿਹਾਸ ਚ ਹੁੰਦਾ 5 ਮੁਗਤੇ ਉਹ 5 ਮੁਗਤਿਆਂ ਨੂੰ ਅਮਰਿਤ ਸ਼ਿਕਾਇਆ ਗਿਆ ਉਸ ਤੋਂ ਬਾਅਦ 11 ਨੂੰ ਹੋਰ ਸ਼ਿਕਾਇਆ ਗਿਆ ਪ੍ਰਾਪਤੀ ਕਿੰਨੀ ਹੋਈ ਅੱਜ ਅਸੀਂ ਵੇਖੋ ਜਿਹੜੇ ਉਹਨਾਂ 11 ਨੇ ਅੱਗੇ ਕਿੰਨਿਆਂ ਨੂੰ ਸ਼ਿਕਾਇਆ ਹੋਇਆਗਾ ਔਰ ਉਹਨਾਂ ਨੂੰ ਜਿਨ੍ਹਾਂ ਨੇ ਅੱਗੇ ਸ਼ਿਕਾਇਆ ਹੋਇਆਗਾ ਐਵੇਂ ਪੰਥ ਤੇ ਵੰਡ ਨਹੀਂ ਗਿਆ ਅਸੀਂ 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 ਕਿੱਦਾਂ ਕਹਿ ਸਕਦੇ ਆ ਹੋ ਸਕਦਾ ਕਿਸੇ ਧਾਰਨਾ ਪੜਨ ਵਾਲੇ 9 ਲੱਖ ਨੂੰ ਬਾਬਾ ਬਾਬਾ ਈਸ਼ਰ ਸਿੰਘ ਜੀ ਲਾੜਾ ਸਾਹਿਬ ਵਾਲਿਆਂ ਨੇ ਸ਼ਿਕਾਇਤ ਤੇ ਬਾਬਾ ਅਤਰ ਸਿੰਘ ਜੀ ਨੇ 12 ਲੱਖ ਪੁਰਾੜੀਆਂ ਨੂੰ ਸ਼ਿਕਾਇਤ ਹੋਰ ਵੀ ਤੁਹਾਡੇ ਪਟਿਆਲੇ ਦੇ ਇਲਾਕੇ ਚ ਮਹਾਪੁਰਸ਼ ਨੇ ਉਹਨਾਂ ਨੇ ਵੀ ਬੜਿਆਂ ਨੂੰ ਸ਼ਿਕਾਇਤ ਤੇ ਇਸ ਕਰਕੇ ਪ੍ਰਾਪਤੀ ਤੇ ਵੇਖੀ ਵੀ ਖਾਲਸੇ ਪੰਥ ਨੂੰ ਦੇਣ ਕੀ ਹੈ ਇਸ ਕਰਕੇ ਮਹਾਰਾਜ ਜੀ ਨੇ ਸਾਨੂੰ ਇੱਕ ਹੀ ਸਭ ਤੋਂ ਵੱਡਾ ਵੀ ਬਾਣੇ ਬਾਣੀ ਦਾ ਧਾਰ ਨਹੀਂ ਹੋਵੋ ਹਮ ਨਾਮ ਸਿਮਰਨ ਸਾਡੀ ਸੰਪਰਦਾ ਚ ਬਹੁਤ ਹੁੰਦਾ ਜੀ ਔਰ ਰਹਿਤ ਬਹੁਤ ਰੱਖੀ ਜਾਂਦੀ ਬੱਚੇ ਤੱਕ ਰੱਖਦੇ ਨੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਰਿਆਦਾ ਜੋ ਇਤਿਹਾਸ ਚ ਲਿਖੀ ਹੈ ਨੀਲਤਾਰੀ ਸੰਪਰਦਾਇ ਚ ਵਿਆਹ ਨੀਲਤਾਰੀਆਂ ਚ ਹੀ ਹੁੰਦੇ ਆਪਸ ਨਹੀਂ ਜੀ ਇਦਾਂ ਕੋਈ ਇਦਾਂ ਦਾ ਨਹੀਂ ਨਹੀਂ ਫਿਕਸ ਨਹੀਂ ਨਾਮਧਾਰੀਆਂ ਚ ਵੀ ਹੁੰਦੇ ਬਾਹਰ ਵੀ ਹੁੰਦੇ ਜਿੱਦਾਂ ਦਾ ਕਿਸੇ ਦਾ ਰੁਝਾਨ ਆ ਤੇ ਹੁੰਦੇ ਸਮੇਂ ਨਾਲ ਉਹਨੀਆਂ ਰਹਿਤਾ ਰਹਿ ਵੀ ਨਹੀਂ ਗਈ ਫਿਰ ਹੁਣ ਮੇਨ ਕੌਣ ਕੰਟਰੋਲ ਕੌਣ ਕਰਦਾ ਕੋਈ ਹੈਡ ਹੈ ਹੁਣ ਹਾਂਜੀ ਸਾਡੇ ਨਸ਼ਹਿਰਾ ਸਾਹਿਬ ਸੰਪਰਦਾ ਦਾ ਟਰਸਟ ਹੈ ਜੀ ਮਹਾਰਾਜ ਜੀ ਦੇ ਨਾਮ ਦਾ ਜਿੱਥੋਂ ਦੇ ਪ੍ਰਧਾਨ ਨੇ ਪ੍ਰਧਾਨ ਚੰਡੀਗੜ੍ਹ ਤੋਂ ਪਾਈ ਕਿਰਪਾਲ ਸਿੰਘ ਜੀ ਹਮ ਬੜਾ ਅੱਛਾ ਉਹਨਾਂ ਦਾ ਚੱਲ ਰਿਹਾ ਜੀ ਔਰ ਬਾਕੀ ਪ੍ਰਬੰਧਕ ਕਮੇਟੀਆਂ ਨੇ ਹਰ ਇੱਕ ਜਿਹੜੇ ਬਾਕੀ ਨੇ ਜਿਵੇਂ ਪਿਪਲੀ ਵਾਲੇ ਉਹ ਅਲੱਗ ਆਪਣਾ ਚਲਾਉਂਦੇ ਹੋਊਂ ਟ੍ਰਸਟ 'ਚ ਨਹੀਂ ਆਉਂਦੇ ਨਹੀਂ ਉਹ ਉਸ ਟ੍ਰਸਟ 'ਚ ਨਹੀਂ ਆਉਂਦੇ ਜਿੱਦਾਂ ਪਿਪਲੀ ਵਾਲੇ ਮਹਾਪੁਰਸ਼ ਨੇ ਉਹਨਾਂ ਦਾ ਆਪਣਾ ਟ੍ਰਸਟ ਜਿਵੇਂ ਕਹੋ ਨਿਰਮਲ ਟ੍ਰਸਟ ਦੇ ਨਾਮ ਤੋਂ ਅਲੱਗ-ਅਲੱਗ ਟ੍ਰਸਟ ਬਣ ਗਏ ਹਾਂਜੀ ਇੱਕ ਹੋਰ ਹੈਗੇ ਨੇ ਸਾਧੂ ਉਹਨਾਂ ਦਾ ਵੀ ਆਪਣਾ ਟ੍ਰਸਟ ਹੈ ਤੇ ਜਿਹੜਾ ਨਿਸ਼ਾਰਾ ਹੈਗੇ ਉਹ ਵੀ ਨੀਲਤਾਰੀ ਤੁਸੀਂ ਵੀ ਨੀਲਤਾਰੀ ਹਾਂਜੀ ਉਹ ਵੀ ਉਹ ਜਿੱਦਾਂ ਕਹਿ ਲੋ ਵਿੱਚੋਂ ਸ਼ਾਖਾ ਨਿਕਲੀਆਂ ਨੇ ਹੂੰ ਜਿੱਦਾਂ ਰਾੜਾ ਸਾਹਿਬ ਚ ਬਹੁਤ ਸ਼ਾਖਾ ਨਿਕਲੀਆਂ ਨੇ ਬਾਬਾ ਨਾਨ ਸਿੰਘ ਜੀ ਮਹਾਰਾਜ ਚ ਬਹੁਤ ਬਾਬਾ ਸੁਜਾਨ ਸਿੰਘ ਜੀ ਇੱਕ ਸ਼ਾਖਾਵਾਂ ਨਿਕਲੀਆਂ ਨੇ ਹੂੰ ਲੇਕਿਨ ਮੇਨ ਜਿਹੜਾ ਨਿਸ਼ਾਰਾ ਸਾਹਿਬ ਜਿਹੜਾ ਸਾਡਾ ਜਿੰਨੂੰ ਅਸੀਂ ਜਿੱਥੋਂ ਸਾਡੀ ਇਹ ਨੀਲਤਾਰੀ ਸੰਪਰਦਾ ਸ਼ੁਰੂ ਹੋਈ ਇੱਕ ਇਤਿਹਾਸ ਹੋਰ ਛੋਟਾ ਜਿਹਾ ਹੁੰਦਾ ਜਦੋਂ ਤਾਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਮਾਛੂਆੜੇ ਦੇ ਜੰਗਲਾਂ ਤੋਂ ਹੁੰਦੇ 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 ਗਣੀਖਾ ਨਬੀਖਾਂ ਕੋਲ ਗਏ ਥੋੜੇ ਦਿਨ ਪਹਿਲਾਂ ਤੁਹਾਡੇ ਕੋਲ ਇੱਥੇ ਪ੍ਰੋਫੈਸਰ ਆਏ ਸਨ ਉਹਨਾਂ ਨੇ ਵੀ ਇਹ ਗੱਲ ਕੀਤੀ ਸੀ ਜੀ ਬਹੁਤ ਸੋਹਣੀ ਮੈਨੂੰ ਗੱਲ ਲੱਗੀ ਉਦੋਂ ਤਾਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਾਣਾ ਨੀਲਾ ਸੀ ਜੀ ਤੇ ਲੇਕਿਨ ਜਦੋਂ ਜਾ ਕੇ ਮਾਰੇ ਪੜਾ ਕੀਤਾ ਮਾਰੇ ਦੇ ਚਿੱਟੇ ਬਸਤਰ ਆਏ ਤੇ ਮਾਰੇ ਉਹ ਜਿਹੜਾ ਬਾਣਾ ਪਾੜ ਦਿੱਤਾ ਸਾਰਾ ਹਮ ਤੇ ਭਾਈ ਮਾਨ ਸਿੰਘ ਨੇ ਕਹਿੰਦੇ ਨੇ ਉਸ ਬਾਣੇ ਦੀ ਇੱਕ ਲੀਰ ਕਹਿ ਲੋ ਆਪਣੇ ਗੁੱਟ ਨੂੰ ਬੰਨ ਲਈ ਮਹਾਰਾਜ ਕਹਿੰਦੇ ਵੀ ਤੂੰ ਇਹ ਕਿਉਂ ਬੱਧੀ ਕਹਿੰਦੇ ਮਹਾਰਾਜ ਮੈਂ ਇਸ ਕਰਕੇ ਬੱਧੀ ਮੈਂ ਯਾਦ ਕਰਾਂਗਾ ਮੇਰੇ ਪਾਦਸ਼ਾ ਚੋਜੀ ਪ੍ਰੀਤਮ ਨੇ ਕਦੇ ਇਹ ਬਾਣਾ ਵੀ ਧਾਰਨ ਕੀਤਾ ਸੀ ਮਹਾਰਾਜ ਉਹਦੀ ਭਾਵਨਾ ਜਾਣ ਕੇ ਇੰਨੇ ਖੁਸ਼ ਹੋਏ ਕਹਿੰਦੇ ਲੈ ਫਿਰ ਮਾਨਸਿਆ ਸਮਾ ਆਏਗਾ ਨੀਲਤਾ ਰਿਵੀ ਪੰਥ ਚੱਲੇਗਾ ਨੀਲੇ ਬਾਣੇ ਵਾਲਾ ਵੀ ਪੰਥ ਚੱਲੇਗਾ ਨੀਲਤਾ ਰੀਤੇ ਹੁਣ ਇਹ ਪ੍ਰਚਲਿਤ ਹੋ ਗਿਆ ਇਹ ਅਸੀਂ ਸ਼ਬਦ ਸ਼ੁਰੂ ਕੀਤਾ ਲੇਕਿਨ ਸ਼ਬਦ ਇਹ ਨੀਲਾ ਬਾਣਾ ਹੂੰ ਜੋ ਗੁਰੂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੈਂ ਆਉਣਾ ਤੇ ਨੀਲੇ ਬਾਣੇ ਤੋਂ ਇਹ ਸੰਪਰਦਾਵਾ ਚਲਣੀਆਂ ਨੇ ਮਾਜੇ ਵਿੱਚ ਹੋਸੀ ਲੁੱਟੇਗੇ ਲਾਹੌਰ ਵੋਟੋਆਰ ਕੋ ਸੋਧ ਕੇ ਫਿਰਲੇਵੇਂ ਪਸ਼ੌਰ ਕਿ ਮਾਜੇ ਵਿੱਚ ਉਹ ਸਿੰਘ ਹੋਣਗੇ ਕਿਹੜੇ ਜਿਹੜੇ ਸੰਤ ਖਾਲਸਾ ਪ੍ਰਕਾਸ਼ ਕਰਨਗੇ ਤੋਂ ਬਹੁਤ ਮੈਂ ਜਾਉਣਾ ਵੀ ਇੱਕਦਮ ਅਸੀਂ ਨਿੰਦਿਆ ਨਾ ਕਰਨੀ ਸ਼ੁਰੂ ਕਰੀਏ ਕਿਸੇ ਦੀ ਵੀ ਠੀਕ ਹੈ ਤੇ ਉਹਦੀ ਕਮਾਈ ਵੇਖੀਏ ਹੁਣ ਤੁਸੀਂ ਗਰਦਾਸਪੁਰ ਦੇ ਇਲਾਕੇ ਚ ਜਾਓ ਦੋ ਵੱਡੇ ਹਸਤੀਆਂ ਨੇ ਉੱਥੇ ਇੱਕ ਮਹਾਰਾਜ ਕਿਲੇ ਵਾਲੇ ਨੇ ਦੂਜੇ ਪਾਸੇ ਸੰਤ ਬਾਬਾ ਹਜਾਰਾ ਸਿੰਘ ਜੀ ਬ੍ਰਹਮ ਗਿਆਨੀ ਇਹਨਾਂ ਦਾ ਬਹੁਤ ਵੱਡਾ ਨਾਮ ਹੋਂਸਲਾ ਕਿਚ ਤੇ ਤੁਸੀਂ ਇਹ ਵੇਖ ਲਓ ਵੀ ਅੱਜ ਅਸੀਂ ਚਾਰ ਸੇਕ ਇਕੱਠੇ ਨਹੀਂ ਮਿਠਾ ਸਕਦੇ ਉਸ ਵੇਲੇ ਇਹ ਮਹਾਰਾਜ ਕਿਲੇ ਵਾਲਿਆਂ ਦੇ ਦਰਸ਼ਨ ਕਰਨ ਆਉਂਦੇ ਸੀ ਕਿਤੇ ਇਹਨਾਂ ਦਾ ਵੀ ਸਮਾਂ ਸੀ ਇਹ ਜਦੋਂ ਮਿਲਦੇ ਸੀ ਇਕੱਠੇ ਖੁਸ਼ ਹੁੰਦੇ ਸੀ ਔਰ ਬੜੀਆਂ ਵਿਚਾਰਾ ਹੁੰਦੀਆਂ ਸੀ ਅੱਜ ਲਾਗੇ ਲਾਗੇ ਉਸ ਇਲਾਕੇ ਨੂੰ ਸੰਭਾਲਿਆ ਹੋਇਆ ਔਰ ਬਹੁਤ ਦੁਨੀਆ ਜੁੜੀ ਹੋਈ ਹੈ ਜਿਹੜੀ ਰਹਿਤਾ ਮਰਜ਼ਾ ਨਾਲ ਜੁੜੀਆਂ ਹੋਈਆਂ ਨੇ ਸੰਤਾਂ ਜੀ ਬਹੁਤ ਧੰਨਵਾਦ ਤੁਸੀਂ ਆਏ ਸਮਾਂ ਦਿੱਤਾ ਖੁੱਲ ਕੇ ਗੱਲਾਂ ਬਾਤਾਂ ਕੀਤੀਆਂ ਔਰ ਤੁਹਾਡੀ ਸੰਪਰਦਾ ਬਾਰੇ ਹੋਰ ਜਾਣਨ ਨੂੰ ਸਾਨੂੰ ਮਿਲਿਆ ਬਾਈ ਗੁਰਚੀ ਕਾ ਖਾਲਸਾ ਬਾਈ ਗੁਰਚੀ ਕੀ ਫਤਹਿ